ਅੱਲਾ ਦੀ ਕਸਮੇ ਬਾਪ ਵੇੜੇ ਵਿੱਚ ਹੋਵੇ, ਅੱਲਾ ਦੀ ਕਸਮੇ ਵੇੜੇ ਵਿੱਚ ਰੌਣਕ ਹੁੰਦੀ ਹੈ। ਬਾਪ ਟੁਰ ਜਾਵੇ ਵੇੜੇ ਵਿਰਾਨ ਹੋ ਜਾਂਦੇ ਨੇ, ਬਾਪ ਟੁਰ ਜਾਵੇ ਵੇੜੇ ਉਜੜ ਜਾਂਦੇ ਨੇ। ਇਹ ਮੈਨੂੰ ਇਮਾਨਦਾਰੀ ਨਾਲ ਦੱਸਿਆ ਜੇ ਸਾਬਰ ਬਾਈ ਬੈਠੇ ਹੋਣਗੇ, ਨਹੀਂ ਬਾਈ ਬੈਠੇ ਹੋਣਗੇ, ਸਾਬਰ ਬਾਈ ਮੈਨੂੰ ਇਮਾਨਦਾਰੀ ਨਾਲ ਦੱਸਿਆ ਜੇ ਜਿੱਦਣ ਦਾ ਬਾਪ ਗਿਆ ਵੇ, ਹੁਣ ਕਿੰਨੇ ਆਖਿਆ ਹੋਏਗਾ ਸਾਬਰ ਮੇਰੇ ਗੱਲੇ ਲੱਗ ਜਾਓ, ਨਹੀਂ ਪੁੱਤਰਾ ਮੇਰੇ ਗੱਲੇ ਲੱਗ ਜਾਓ। ਲੋਕੋ ਬਾਪ ਟੁਰ ਜਾਵੇ ਦੁਨੀਆਂ ਵਿਰਾਨ ਹੋ ਜਾਂਦੀ ਹੈ, ਬਾਪ ਚਲਾ ਜਾਵੇ ਬੇੜੇ ਉਜੜ ਜਾਂਦੇ ਨੇ। ਅੱਲਾ ਦੀ ਕਸਮ ਬਾਪ ਬਾਪ ਜਿਹੜਾ ਤੇਰੇ ਵਾਸਤੇ ਮਜ਼ਦੂਰੀਆਂ ਕਰ ਲੈਂਦਾ, ਓਏ ਲੋਕੋ ਬਾਪ ਬਾਪ ਜਿਹੜਾ ਈਦ ਵਾਲੇ ਦਿਨ ਵੀ ਚੌਥੀ ਚੌਥੀ ਮੰਜ਼ਲ ਤੇ ਕੰਮ ਕਰਦਾ। ਮੈਂ ਕਿਹਾ ਬਾਬਾ ਜੀ ਕੀ ਗੱਲ ਏ, ਅੱਜ ਤੇ ਈਦ ਦਾ ਦਿਨ ਕੰਮ ਪਿਆ ਕਰਨਾ। ਬਾਬਾ ਰੋ ਗਿਆ ਦਾ ਖਰੀ ਜੀ ਮੈਂ ਕੀ ਕਰਾਂ, ਮੇਰੇ ਪੁੱਤਰ ਨੇ ਸਾਈਕਲ ਮੰਗੀ ਹੈ, ਮੈਂ ਪੁੱਤਰ ਵਾਸਤੇ ਈਦ ਪਿਆ ਕੁਰਬਾਨ ਕਰਨਾ। ਲੋਕੋ ਬਾਪ ਦੀ ਕਦਰ ਕਰ ਲੋ, ਓ ਯਾਰੋ ਬਾਪ ਨੂੰ ਤੱਕੇ ਨਹੀਂ ਮਾਰੀ ਦੇ, ਬਾਪ ਨੂੰ ਗਾਲੀਆਂ ਨਹੀਂ ਦੇਈ ਦੀਆਂ। ਆਪਣੀ ਬੀਵੀ ਦੀ ਵਜ੍ਹਾ ਤੋਂ ਆਪਣੇ ਬਾਪ ਨੂੰ ਮਾਰੀਦਾ ਨਹੀਂ, ਆਪਣੀ ਬੀਵੀ ਦੀ ਵਜ੍ਹਾ ਤੋਂ ਆਪਣੇ ਬਾਪ ਨੂੰ ਥੱਪੜ ਨਹੀਂ ਮਾਰੀਦੇ। ਉਹ ਸਜਣੋ ਬਾਪ ਬਾਪ ਮੇਰੀ ਸਰਕਾਰ ਫਰਮਾਉਂਦੇ ਸਿਆਪਾ ਆਕਾ ਹੁਕਮ ਹੋਵੇ, ਮੇਰੇ ਆਕਾ ਫਰਮਾਉਂਦੇ ਤੁਸੀਂ ਉਮਰਾ ਕਰਕੇ ਆਉਂਦੇ ਹੋ, ਹੱਜ ਕਰਕੇ ਆਉਂਦੇ ਹੋ ਜੀ ਸੋਹਣਿਆ, ਮੇਰੇ ਆਕਾ ਫਰਮਾਉਂਦੇ ਕੋਈ ਸਨਦ ਲੈ ਕੇ ਆਉਂਦੇ ਹੋ ਕਿ ਮੇਰਾ ਉਮਰਾ ਕਬੂਲ ਜਾਂ ਹੱਜ ਕਬੂਲ। ਆਕਾ ਨਾ ਨਾ ਰੱਬੀ ਹਾਬਲੀ ਉਮਤੀ, ਅਸੀਂ ਐਸੀ ਉਮਤੀ ਹਾਂ ਕਿ ਯਾਰ ਦਰੂਦ ਦੀ ਵਾਰੀ ਆਏ ਤੇ ਚੱਕ ਜਾਂਦੇ ਹਾਂ, ਸ਼ਰਮਾ ਜਾਂਦੇ ਹਾਂ। ਚੱਕਣਾ ਤੇ ਸ਼ਰਮਾਉਣਾ ਤੇ ਉੱਥੇ ਚਾਹੀਦਾ ਜਿੱਥੇ ਗੁਨਾਹ ਦਾ ਕੰਮ ਹੋਵੇ, ਸਾਨੂੰ ਸ਼ਰਮਾਉਣਾ ਉੱਥੇ ਚਾਹੀਦਾ ਜਿੱਥੇ ਸੂਦ ਦਾ ਲੈਣ ਦੇਣ ਕਰਨੇ ਹਾਂ, ਸ਼ਰਮਾਉਣਾ ਉੱਥੇ ਚਾਹੀਦਾ ਜਿੱਥੇ ਕਿਸੇ ਨੂੰ ਗਾਲ ਕੱਢੀਏ ਤੇ ਅਸੀਂ ਬਿੱਲਾ ਚਿਚੇ ਕੱਢ ਦਿੰਦੇ ਹਾਂ। ਯਾਰ ਜਦੋਂ ਦਰੂਦ ਦੀ ਵਾਰੀ ਆਏ ਤੇ ਸ਼ਰਮਾਉਣਾ ਕਿਉਂ ਆ? ਇਹ ਸਰਕਾਰ ਦੀ ਜ਼ਾਤ 'ਤੇ ਦਰੂਦ ਪੜ੍ਹਨਾ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ, ਜਿਹੜਾ ਮੇਰਾ ਉਮਤੀ ਮੇਰੀ ਜ਼ਾਤ ਉੱਤੇ ਇੱਕ ਮਰਤਬਾ ਦਰੂਦ ਪੜ੍ਹਦਾ, ਅੱਲਾ ਉਸ 'ਤੇ 10 ਰਹਿਮਤਾਂ ਨਾਜ਼ਿਲ ਫਰਮਾਉਂਦਾ। ਆਖੋਗੇ ਸੁਭਾਨ ਅੱਲਾ? ਆ ਕਈ ਪਿੰਡ 'ਚ ਰਿਵਾਜ਼ ਹੁੰਦਾ, ਜਿੰਨਾ ਮਰਜ਼ੀ ਬੋਲ ਛੱਡੋ ਅਸੀਂ ਨਹੀਂ ਕਹਿਣਾ, ਅਤੇ ਤੁਸੀਂ ਸੁਭਾਨ ਅੱਲਾ ਮਾਸ਼ਾਅੱਲਾ ਅਲਹਮਦੁਲਿਲਾ ਕਹੋਗੇ ਤਾਂ ਜਿਨ੍ਹਾਂ ਵਾਸਤੇ ਅਸੀਂ ਆਏ ਹਾਂ ਨਾ ਉਹਨਾਂ ਨੂੰ ਸਾਲੇ ਸਵਾਬ ਹੋਏਗਾ। ਕੁਝ ਅਸੀਂ ਵੀ ਨਿੱਕੀਆਂ ਲੈ ਕੇ ਜਾਵਾਂਗੇ ਜਾਂਦਿਆਂ। ਮੈਂ ਤਾਂ ਨਹੀਂ ਤੁਹਾਨੂੰ ਕਹਿਣਾ ਕਿ ਜਿਹੜੀਆਂ ਬੋਲੀਆਂ ਜੇ ਮੈਨੂੰ ਦੇ ਦਿਓ ਮੈਂ ਲੈ ਜਾਵਾਂ, ਜਿਹੜਾ ਤੁਸੀਂ ਕਹਿਣਾ ਉਹ ਤੁਸੀਂ ਨਾਲ ਲੈ ਕੇ ਜਾਣਾ। ਜ਼ਰਾ ਇੱਕ ਵਾਰੀ ਡਟ ਕੇ ਆਖੋ ਸੁਭਾਨ ਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਅੱਲਾ ਤੁਹਾਨੂੰ ਸਲਾਮਤ ਰੱਖੇ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ, ਜਿਹੜਾ ਮੇਰਾ ਉਮਤੀ ਮੇਰੀ ਜ਼ਾਤ ਉੱਤੇ ਰੋਜ਼ਾਨਾ 50 ਵਾਰੀ ਦਰੂਦ ਪੜ੍ਹਦਾ, ਹਜ਼ੂਰ ਫਰਮਾਇਆ ਕੱਲ ਕਿਆਮਤ ਵਾਲੇ ਦਿਨ ਮੈਂ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਉਸ ਦੇ ਨਾਲ ਮੁਸਾਫਾ ਕਰਾਂਗਾ, ਹੱਥ ਮਿਲਾਵਾਂਗਾ। ਮੈਂ ਗੱਲ ਬੜੀ ਵੱਡੀ ਕੀਤੀ ਹੈ, ਉਹ ਜਿਹਦੇ ਨਾਲ ਹੱਥ ਹੀ ਮਦੀਨੇ ਵਾਲੇ ਮਿਲਾ ਲੈਣ। ਅੱਲਾ ਤੁਹਾਨੂੰ ਸਲਾਮਤ ਰੱਖੇ, ਅੱਲਾ ਤੁਹਾਨੂੰ ਸਲਾਮਤ ਰੱਖੇ। ਇੱਥੇ ਕੋਈ ਸਾਡੇ ਘਰ ਸੈਯਦਜ਼ਾਦੇ ਆ ਜਾਣ ਨਾ, ਕੋਈ ਆਲਮੀ ਦੀਨ ਆ ਜਾਣ, ਅਸੀਂ ਬੜਾ ਚਾਅ ਕਰਨੇ ਹਾਂ, ਬੜੀ ਖਿਦਮਤ ਕਰਨੇ ਹਾਂ, ਅਤੇ ਸਵੇਰੇ ਆਪਣੇ ਯਾਰਾਂ ਨੂੰ ਸੱਜਣਾਂ ਨੂੰ ਕਹਿੰਦੇ ਹਾਂ ਯਾਰ ਰਾਤੀ ਘਰ ਮੇਰੇ ਆਲੇ ਨਬੀ ਉਲਾਦੇ ਅਲੀ ਸੈਯਦਜ਼ਾਦੇ ਆਏ, ਮੇਰੇ ਘਰ ਆਲਮੇ ਦੀਨ ਆਏ,
ਤੇ ਮੈਂ ਉਹਨਾਂ ਦੇ ਨਾ ਹੱਥ ਚੁੰਮੇ, ਦਸਤਬੂਸੀ ਕੀਤੀ। ਉਹ ਮੈਂ ਕਿਹਾ ਜੇ ਤੂੰ ਸੈਯਦਜ਼ਾਦੇ ਦਾ ਇਹਤਰਾਮ ਕਰੇ, ਅਲੀ ਦੇ ਪੁੱਤਰਾਂ ਦੇ ਪੁੱਤਰਾਂ ਦੇ ਪੁੱਤਰਾਂ ਦਾ ਇਹਤਰਾਮ ਕਰੇ ਤੇ ਸਵੇਰੇ ਪੂਰੇ ਪਿੰਡ 'ਚ ਰੌਲਾ ਪਾਵੇਂ ਕਿ ਰਾਤੀ ਘਰ ਮੇਰੇ ਸੈਯਦ ਆਵੇ ਜਾਂ ਆਲਮੇ ਦੀਨ ਆਏ ਤੇ ਮੈਂ ਇੰਨਾ ਇਹਤਰਾਮ ਕੀਤਾ ਤੇ ਕਿਆਮਤ ਦਾ ਮੰਜ਼ਰ ਕੀ ਹੋਵੇਗਾ ਜਿਹੜਾ ਰੋਜ਼ ਦਰੂਦ 50 ਵਾਰੀ ਪੜੇਗਾ। ਮਦੀਨੇ ਵਾਲੀ ਸਰਕਾਰ ਖੁਦ ਮੁਸਾਫਾ ਕਰਨਗੇ, ਅੱਲਾਹ ਤੁਹਾਨੂੰ ਸਲਾਮਤ ਰੱਖੇ। ਤੀਸਰੀ ਹਦੀਸ, ਨਬੀ ਪਾਕ ਸੱਲ ਅਲੈਹਿ ਵਸਲਮ ਨੇ ਇਰਸ਼ਾਦ ਫਰਮਾਇਆ, ਜਿਹੜਾ ਮੇਰਾ ਉਮਤੀ ਮੇਰੀ ਜ਼ਾਤ ਉੱਤੇ ਰੋਜ਼ਾਨਾ 1000 ਮਰੀ ਦਰੂਦ ਪੜਦਾ। ਪਹਿਲੇ ਮੈਂ ਦੱਸਿਆ 1 ਵਾਰੀ, ਫਿਰ 50 ਵਾਰੀ, ਇਹ ਤੀਸਰੀ ਹਦੀਸ ਸਰਕਾਰ ਫਰਮਾਇਆ ਜਿਹੜਾ 1000 ਵਾਰੀ ਦਰੂਦ ਪੜਦਾ, ਹਜ਼ੂਰ ਫਰਮਾਇਆ ਉਨੀ ਦੇਰ ਉਸਨੂੰ ਮੌਤ ਨਹੀਂ ਆਏਗੀ ਜਿੰਨੀ ਦੇਰ ਉਹ ਆਪਣਾ ਜੰਨਤ 'ਚ ਘਰ ਨਾ ਵੇਖ ਲਵੇਗਾ। ਅਤੇ ਅੱਜ ਨੀਯਤ ਕਰਕੇ ਉੱਠੋ ਅਤੇ ਇਨਸ਼ਾਅੱਲਾ ਅਸੀਂ ਰੋਜ਼ਾਨਾ ਸਰਕਾਰ ਦੀ ਜ਼ਾਤ 'ਤੇ ਦਰੂਦ ਪੜਾਂਗੇ। ਇੰਨੀ ਦੇਰ ਨਹੀਂ ਲੱਗਦੀ, ਅਗਰ ਬੰਦਾ ਵਜ਼ੂ ਕਰਕੇ ਮਦੀਨੇ ਵੱਲ ਮੂੰਹ ਕਰਕੇ ਨਾ ਅਤੇ ਅੱਧਾ ਘੰਟਾ ਦਿਲ ਲਾ ਕੇ ਸਿਰਫ ਦਿਲ 'ਚ ਸੋਚ ਲੈਣਾ ਕਿ ਮੈਂ ਦਰੂਦ ਅੱਧਾ ਘੰਟਾ ਪੜ੍ਹਨਾ ਹੈ, ਤਾਂ ਮੈਨੂੰ ਉਮੀਦ ਇੱਕ ਅੱਧੇ ਘੰਟੇ 'ਚ 1000 ਵਾਰੀ ਤਾਂ ਪੜ੍ਹਿਆ ਜਾਂਦਾ ਹੋਵੇਗਾ। ਮੈਂ ਵੀ ਨੀਯਤ ਕਰਨਾ, ਤੁਸੀਂ ਵੀ ਨੀਯਤ ਕਰੋ ਕਿ ਇਨਸ਼ਾਅੱਲਾ ਅਸੀਂ ਆਪਣੀ ਸਰਕਾਰ ਦੀ ਜ਼ਾਤ 'ਤੇ ਰੋਜ਼ਾਨਾ ਇਨਸ਼ਾਅੱਲਾ 1000 ਮਰਤਬਾ ਦਰੂਦ ਪੜ੍ਹਾਂਗੇ। ਚਲੋ 1000 ਮਰਤਬਾ ਕੋਈ ਮਸਰੂਫ ਹੋਏ ਨਹੀਂ ਪੜ੍ਹ ਸਕਦਾ, 313 ਦਫ਼ਾ ਤਾਂ ਇਨਸ਼ਾਅੱਲਾ ਪੜ੍ਹਾਂਗੇ ਨਾ ਇਨਸ਼ਾਅੱਲਾ, ਠੀਕ ਹੈ ਨਾ ਜੀ। ਹਜ਼ਰਤ ਵਕਾਰ, ਇੱਕ ਮੈਂ ਗੱਲ ਇੱਥੇ ਹੋਰ ਕਰ ਜਾਵਾਂ। ਕਈਆਂ ਬੰਦਿਆਂ ਦੇ ਜ਼ਿਹਨ 'ਚ ਇਹ ਵੀ ਗੱਲ ਹੁੰਦੀ ਹੈ ਕਿ ਹੋਰੇ ਸਾਡੇ ਆਕਾ ਸਾਡਾ ਦਰੂਦ ਸੁਣਦੇ ਨੇ ਕਿ ਨਹੀਂ ਸੁਣਦੇ, ਸਾਡਾ ਦਰੂਦ ਪਹੁੰਚਦਾ ਵੀ ਹੈ ਕਿ ਨਹੀਂ ਪਹੁੰਚਦਾ। ਅਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਬਈ ਤੇਰਾ ਨਬੀ ਹੋਰ ਹੋਵੇਗਾ ਜਿਹਨੂੰ ਨਹੀਂ ਪਹੁੰਚਦਾ, ਸਾਡੇ ਨਬੀ ਤਾਂ ਜ਼ਿੰਦਾ, ਤੁਸੀਂ ਬੋਲੇ ਹੀ ਨਹੀਂ। ਸਾਡੇ ਨਬੀ ਔਰ ਸਾਡਾ ਹੀ ਮਾਣ ਹੈ, ਸਾਡੀਆਂ ਕਬਰਾਂ ਵਿੱਚ ਸਾਡੇ ਆਕਾ ਨੇ ਆ ਜਾਣਾ। ਬੋਲੋ ਨਾ ਯਾਰ, ਸਾਡੀਆਂ ਕਬਰਾਂ ਵਿੱਚ ਸਾਡੇ ਆਕਾ ਨੇ। ਆ ਬੰਦੇ ਕਹਿੰਦੇ ਨੇ ਕਬਰਾਂ 'ਤੇ ਜਾਣਾ ਸ਼ਿਰਕ, ਕਬਰਾਂ 'ਤੇ ਨਾ ਜਾਇਆ ਕਰੋ, ਕਬਰਾਂ 'ਤੇ ਜਾਣਾ ਸ਼ਿਰਕ, ਉੱਤੇ ਜਾਣਾ ਸ਼ਿਰਕ। ਤਾਂ ਮੈਂ ਕਿਹਾ ਭਾਈ ਜੀ, ਜੇ ਉੱਤੇ ਜਾਣਾ ਸ਼ਿਰਕ ਹੈ ਤਾਂ ਵਿੱਚ, ਬਈ ਉੱਤੇ ਜਾਣਾ ਸ਼ਿਰਕ ਹੈ ਤਾਂ ਵਿੱਚ। ਕਹਿੰਦਾ ਜੀ ਸਾਡੇ ਪਿੱਛੇ ਲੱਗੋ, ਸਾਡਾ ਰਾਹ ਚੰਗਾ। ਮੈਂ ਕਿਹਾ ਤੁਹਾਡੇ ਪਿੱਛੇ ਲੱਗ ਜਾਂਦੇ ਹਾਂ, ਵਾਅਦਾ ਕਰੋ ਮਰਨ ਤੋਂ ਬਾਅਦ ਕਬਰਾਂ ਉੱਤੇ ਆਓਗੇ। ਕਹਿੰਦਾ ਨਹੀਂ ਨਹੀਂ ਕਬਰਾਂ ਉੱਤੇ ਜਾਣਾ ਸ਼ਿਰਕ ਹੈ। ਤਾਂ ਮੈਂ ਕਿਹਾ ਜੇ ਉੱਤੇ ਜਾਣਾ ਸ਼ਿਰਕ ਹੈ ਤਾਂ ਵਿੱਚ ਜਾਣਾ ਫਿਰ ਕੀ ਹੈ? ਤਾਂ ਮੈਂ ਕਿਹਾ ਤੇਰਾ ਪੱਲਾ ਕਿਵੇਂ ਫੜ ਲਈਏ? ਉਹ ਜਿਹੜਾ ਮਰਨ ਤੋਂ ਬਾਅਦ ਕਬਰਾਂ ਉੱਤੇ ਆਉਣ ਦਾ ਵਾਅਦਾ ਨਹੀਂ ਕਰਦਾ, ਉਸ ਨਬੀ ਦਾ ਪੱਲਾ ਕਿਵੇਂ ਛੱਡ ਦਈਏ ਜਿਹਨੇ ਕਬਰਾਂ ਵਿੱਚ ਵੀ ਆ ਜਾਣਾ, ਹਸ਼ਰ ਵਿੱਚ ਵੀ ਆ ਜਾਣਾ। ਉਹ ਮੌਲਾਨਾ ਰੂਮ ਰਹਿਮਤੁੱਲਾ ਤਾਲਾ ਨੇ ਮਸਲੀ ਸ਼ਰੀਫ ਦੇ ਅੰਦਰ ਬੜੀ ਸੋਹਣੀ ਅਕਾਇਦ ਨਿਕਲ ਕੀਤੀ। ਆਪ ਫਰਮਾਉਂਦੇ ਨੇ ਕਿ ਇੱਕ ਬੱਕਰੀ ਦੇ ਪਿੱਛੇ ਲੱਗ ਗਿਆ ਭੇੜੀਆ, ਸਾਦੇ ਬੰਦੇ ਬੈਠੇ ਨੇ, ਮੇਰੇ ਬਜ਼ੁਰਗ ਬੈਠੇ ਨੇ, ਮੈਂ ਜਟਕੀ ਜਟਕੀ ਗੱਲ ਸਮਝਾ ਕੇ ਅਤੇ ਆਪਣੇ ਮੌਜੂ ਵਾਲੇ ਪਾਸੇ ਆਉਣਾ ਚਾਹੁੰਦਾ। ਭੇੜੀਆ ਲੱਗ ਗਿਆ ਬੱਕਰੀ ਦੇ ਪਿੱਛੇ ਅਤੇ ਬੱਕਰੀ ਅੱਗੇ ਅੱਗੇ ਹੁਣ ਜਾਨ ਬਚਾਵੇ ਅਤੇ ਭੇੜੀਆ ਪਿੱਛੇ ਪਿੱਛੇ, ਬੱਕਰੀ ਨੇ ਛਾਲ ਮਾਰੀ ਅਤੇ ਸਿੱਧੀ ਦਲ ਦਲ ਦੇ ਵਿੱਚ। ਹੁਣ ਭੇੜੀਆ ਫੁੱਲ ਸਪੀਡ 'ਚ ਫੜਨ ਦੇ ਚੱਕਰਾਂ 'ਚ ਉਹਨੇ ਛਾਲ ਮਾਰੀ ਤੋਂ ਬੱਕਰੀ ਨਾਲ ਵੀ ਅੱਗੇ ਜਾ ਕੇ ਡਿੱਗ ਪਿਆ ਅਤੇ ਬੱਕਰੀ ਹੱਸ ਪਈ ਅਤੇ ਹੱਸ ਕੇ ਆਉਂਦੀ ਹੈ, ਮਾਮਾ ਫੜ ਲਿਆ ਜੀ, ਫੜ ਲਿਆ ਜੀ। ਤਾਂ ਭੇੜੀਆ ਕਹਿੰਦਾ ਮਾਸੀ ਹੱਸੀ ਕਿਉਂ ਹੈ? ਉਹਨੇ ਕਿਹਾ ਹੱਸੀ ਮੈਂ ਤਾਂ ਵਾਂ ਜਦੋਂ ਮੇਰੇ ਮਾਲਕ ਨੇ ਘਰ ਜਾਣਾ, ਉਹਨੇ ਬੱਕਰੀਆਂ ਗਿਣਨੀਆਂ। ਉਹਨੇ ਕਹਿਣਾ ਓਹੋ, ਚੀਨੀ ਤਾਂ ਉੱਥੇ ਹੀ ਰਹਿ ਗਈ ਹੈ, ਉਹਨੇ ਤਾਂ ਮੈਨੂੰ ਲੈਣ ਆ ਜਾਣਾ, ਤੇਰਾ ਕੌਣ ਹੈ? ਆਏ ਨਹੀਂ ਸਮਝੇ ਤੁਸੀਂ, ਨਹੀਂ ਸਮਝੇ। ਇਸ ਪਿੰਡ ਦਾ ਕੀ ਨਾਂ ਹੈ ਜੀ?
ਤਲਵਾੜਾਂ ਵਾਲੇ ਹੋ ਤੁਸੀਂ ਨਹੀਂ ਸਮਝੇ। ਉਹਨੇ ਕਿਹਾ ਮੇਰੇ ਮਾਲਕ ਨੇ ਜਦੋਂ ਘਰ ਜਾਣਾ ਉਹਨੇ ਬੱਕਰੀਆਂ ਗਿਣਨੀਆਂ, ਉਹਨੇ ਕਹਿਣਾ ਉਹ ਚੀਨੀ ਤੇ ਉੱਥੇ ਹੀ ਰਹਿ ਗਈ ਹੈ, ਉਹਨੇ ਤੇ ਮੈਨੂੰ ਲੱਭਦਿਆਂ ਲੱਭਦਿਆਂ ਆ ਜਾਣਾ, ਤੇਰਾ ਕੌਣ ਹੈ। ਇਸੇ ਲਈ ਅਸੀਂ ਵੀ ਕਹਿੰਦੇ ਹਾਂ ਸੁਣੀਓ, ਜਦੋਂ ਅਸੀਂ ਕਬਰਾਂ ਵਿੱਚ ਜਾਣਾ ਸਾਡੇ ਆਕਾ ਤੇ ਆ ਜਾਣਾ, ਨਾ ਮੰਨਣ ਵਾਲੇ ਉਹ ਤੁਹਾਡਾ ਕੌਣ ਹੈ। ਸੁਭਾਨ ਸੁਭਾਨ ਅੱਲਾ। ਹੁਸੈਨੀ ਮਾਵਾਂ ਦੇ ਪੁੱਤਰ ਵੀ ਨਜ਼ਰ ਆਉਣ ਲੱਗ ਪਏ। ਉਹ ਨਾਰਾ ਹਰ ਕੋਈ ਨਹੀਂ ਮਾਰਦਾ, ਜਿਹਦੀ ਮਾਂ ਨੇ ਗੁੜਤੀ ਯਾ ਰਸੂਲ ਅੱਲਾ ਦੀ ਦਿੱਤੀ ਹੋਵੇ ਨਾਰੇ ਵੀ ਉਹੀ ਮਾਰਦਾ। ਹਾਂ, ਕੋਈ MP MLA ਆਇਆ ਹੋਏ ਤਾਂ ਸਾਰੇ ਹੀ ਨਾਰੇ ਮਾਰ ਲੈਂਦੇ ਨੇ, ਪਤਾ ਇੱਥੋਂ ਕਟਮੰਡੂ ਲੱਭਣੇ ਨੇ। ਪਤਾ ਤਾਂ ਲੱਗਦਾ ਨਾ ਜੋ ਸਰਕਾਰ ਦੀ ਮਹਿਫਲ 'ਚ ਨਾਰਾ ਵਜੇ ਤੇ। ਹਜ਼ਰਾਂ ਤੇ ਜੀ ਵਕਾਰ ਅੱਲਾ ਰੱਬੁਲ ਇੱਜ਼ਤ ਦੀ ਹਮਦੋ ਸਨਾ ਤੋਂ ਬਾਅਦ ਦਰੂਦ ਸਲਾਮ ਬਾਰਗਾਹੇ ਅੰਬੀਆ ਮਹਿਬੂਬ ਕਿਬਰੀਆ ਸ਼ਬੇ ਅਸਰਾ ਦੇ ਦੁੱਲਾ ਵਾਲੀਏ ਕਾਇਨਾਤ ਤਾਜਦਾਰੇ ਕਾਇਨਾਤ ਹਜ਼ੂਰੇ ਕਾਇਨਾਤ ਜਾਨੇ ਕਾਇਨਾਤ ਬਲਕਿ ਜਾਨੇ ਜਹਾਨੇ ਕਾਇਨਾਤ ਅਹਿਮਦ ਮੁਜਤਬਾ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਦੀ ਬਾਰਗਾਹ ਬੇਕਸਮਨਾ ਦੇ ਅੰਦਰ ਹਦੀਏ ਦਰੂਦ ਸਲਾਮ ਅਰਜ਼ ਕਰਨੇ ਤੋਂ ਬਾਅਦ ਨਿਹਾਇਤ ਹੀ ਵਾਜਬੁਲ ਇਹਤਰਾਮ ਮੇਰੇ ਸਟੇਜ ਦੀ ਜ਼ੀਨਤ ਉਲਾਮਾ ਜੀ ਵਕਾਰ ਬਾਨੀਆਂ ਨੇ ਮਹਿਫਿਲ ਨਕੀਬ ਮਹਿਫਿਲ ਮੋਜ਼ਜ਼ੀਨ ਇਲਾਕਾ ਅੱਜ ਦੀ ਇਹ ਰੂਹਾਨੀ ਵਜਦਾਨੀ ਇਮਾਨੀ ਲਿਸਾਨੀ ਮਹਿਫਲ ਬਸਿਲਸਿਲਾ ਖਤਮੇ ਪਾਕ ਆਪ ਦੇ ਇਸ ਇਲਾਕਾ ਤਲਵਾੜਾ ਦੇ ਅੰਦਰ ਇਨਕਾਦ ਫਜ਼ੀਰ ਹਾਜੀ ਅਮਾਨਤ ਅਲੀ ਜੋ ਕਿ ਇਸ ਦੁਨੀਆ ਫਾਨੀ ਤੋਂ ਕੂਚ ਕਰ ਗਏ, ਅਸੀਂ ਉਹਨਾਂ ਦੇ ਸਾਲੇ ਸਵਾਬ ਦੀ ਮਹਿਫਲ 'ਚ ਬੈਠੇ ਹਾਂ ਔਰ ਨਾਲ ਹੀ ਉਹਨਾਂ ਦੀ ਦੂਜਾ ਮੁਹਤਰਮਾ ਆਪਦਾ ਵੀ ਸਾਲੇ ਸਵਾਬ ਦੀ ਮਹਿਫਲ ਹੈ। ਉਹਨਾਂ ਦੇ ਸਾਹਿਬਜ਼ਾਦੇ ਮੁਹੰਮਦ ਨਈਮ ਰਜ਼ਾ ਔਰ ਮੁਹੰਮਦ ਸਾਬਰ ਇਹ ਦੋਵਾਂ ਸ਼ਹਿਜ਼ਾਦੇ ਉਹਨਾਂ ਦੇ ਸਾਹਿਬਜ਼ਾਦਿਆਂ ਨੇ ਇਸ ਖੂਬਸੂਰਤ ਮਹਿਫਲ ਨੂੰ ਸਜਾਇਆ। ਅੱਲਾ ਰੱਬੁਲ ਇੱਜ਼ਤ ਦੀ ਬਾਰਗਾਹ ਦੇ ਅੰਦਰ ਦੁਆਏ ਅੱਲਾ ਕਰੀਮ ਹਜ਼ੂਰ ਦੇ ਜੋੜਿਆਂ ਦਾ ਸਦਕਾ ਹਾਜੀ ਮਾਨਤ ਅਲੀ ਸਾਹਿਬ ਦੀ ਕਾਮਿਲ ਬਖਸ਼ਿਸ਼ ਫਰਮਾ ਦੇ, ਅੱਲਾ ਉਹਨਾਂ ਦੇ ਦਰਜਾਤ ਬੁਲੰਦ ਫਰਮਾ ਦੇ। ਮੇਰੇ ਤੋਂ ਕਬਲ ਕਿਬਲਾ ਹਜ਼ਰਤ ਸਾਹਿਬ ਨੇ ਬੜਾ ਹੀ ਖੂਬਸੂਰਤ ਬਿਆਨ ਫਰਮਾਇਆ, ਬਿਆਨ ਦੀ ਜ਼ਰੂਰਤ ਨਹੀਂ ਜਿਸ ਤਰ੍ਹਾਂ ਦਾ ਆਪਨੇ ਬਿਆਨ ਕੀਤਾ। ਮੈਂ ਕਿਸੇ ਦੇ ਨਾਮ ਤੋਂ ਵੀ ਵਾਕਫ ਨਹੀਂ, ਲੇਕਿਨ ਮੇਰਾ ਇਮਾਨ ਹੈ ਜਿਨ੍ਹਾਂ ਦੀ ਮਹਿਫਲ ਵਿੱਚ ਅਸੀਂ ਆਏ ਹਾਂ ਉਹ ਸਾਡੇ ਨਾਮਾਂ ਤੋਂ ਵੀ ਵਾਕਫ ਨੇ, ਸਾਡੇ ਕੰਮਾਂ ਤੋਂ ਵੀ ਵਾਕਫ ਨੇ। ਔਰ ਮੇਰੇ ਦਾਮਨ ਮੇ ਤੋ ਕਾਂਟੋ ਕੇ ਸਿਵਾ ਕੁਛ ਵੀ ਨਹੀਂ ਹੈ, ਲੇਕਿਨ ਆਪ ਤੋਂ ਮੁਝੇ ਫੂਲੋਂ ਕੇ ਖਰੀਦਾਰ ਨਜ਼ਰ ਆਤੇ ਹੈ। ਅੱਲਾ ਆਪਦੀ ਮੁਹੱਬਤ ਨੂੰ ਆਪਦੇ ਸ਼ੌਕ ਨੂੰ ਇਸ ਤਰ੍ਹਾਂ ਜਵਾਨ ਰੱਖੇ। ਹਜ਼ਰਾਤ ਜੀ ਵਕਾਰ ਰੱਬੀ ਕਾਇਨਾਤ ਨੇ ਕੁਰਾਨ ਦੇ ਅੰਦਰ ਇਰਸ਼ਾਦ ਫਰਮਾਇਆ ਵਬਿਲ ਵਾਲਿਦੈਨਿ ਇਹਸਾਨਾ, ਪੰਜਾਬੀ ਦਾ ਸਾਦਾ ਜਿਹਾ ਤਰਜਮਾ, ਅੱਲਾ ਫਰਮਾਉਂਦਾ ਲੋਕੋ ਆਪਣੇ ਵਾਲਦੈਨ ਦੇ ਨਾਲ ਇਹਸਾਨ ਕਰੋ, ਆਪਣੇ ਵਾਲਦੈਨ ਦੇ ਨਾਲ ਹੁਸਨੇ ਸਲੂਕ ਨਾਲ ਪੇਸ਼ ਆਓ। ਹਜ਼ਰਾਤ ਪੂਰੇ ਕੁਰਾਨ ਦੇ ਅੰਦਰ ਅੱਲਾ ਨੇ ਜਿੱਥੇ ਜਿੱਥੇ ਆਪਣੀ ਇਬਾਦਤ ਦਾ ਜ਼ਿਕਰ ਕੀਤਾ ਹੈ ਨਾ, ਨਾਲ ਨਾਲ ਮਾਂ ਪਿਓ ਦੇ ਅਦਬ ਦਾ ਵੀ ਜ਼ਿਕਰ ਕੀਤਾ ਹੈ ਪੂਰੇ ਕੁਰਾਨ ਦੇ ਅੰਦਰ। ਮਾਂ ਬਾਪ ਇੱਕ ਐਸੀ ਨਿਮਤ ਹੈ, ਐਸੀ ਰਹਿਮਤ ਹੈ ਜਿਹੜੀ ਇੱਕ ਵਾਰੀ ਟੁਰ ਜੇ ਦੁਬਾਰਾ ਨਹੀਂ ਮਿਲਦੀ, ਜਿਹਦਾ ਦੁਨੀਆਂ ਦੇ ਅੰਦਰ ਕੋਈ ਨਿਮੁਲ ਬਦਲ ਨਹੀਂ ਹੈ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ ਮੇਰੇ ਗੁਲਾਮੋ ਤੁਹਾਡੀ ਜੰਨਤ ਤੁਹਾਡੀਆਂ ਮਾਵਾਂ ਦੇ ਕਦਮਾਂ ਥੱਲੇ ਵੇ, ਤੁਹਾਡੀ ਜੰਨਤ ਤੁਹਾਡੀਆਂ ਮਾਵਾਂ ਦੇ ਬੋਲਿਓ ਜੇ ਕਦਮਾਂ ਦੇ ਥੱਲੇ ਵੇ। ਮੇਰਾ ਮੌਜੂ ਜਿਹੜਾ ਨਾ ਬਾਪ ਦੀ ਛਾਣ ਹੈ, ਸਾਡੇ ਮੈਂਬਰਾਂ ਦੇ ਉੱਤੇ ਮਾਂ ਦੀ ਛਾਣ ਬਿਆਨ ਕੀਤੀ ਜਾਂਦੀ। ਕੋਈ ਕਰ ਹੀ ਆਉਂਦਾ ਤਾਂ ਮਾਂ ਦੀ ਛਾਣ, ਨਾਤ ਖਾਂ ਆਉਂਦਾ ਤਾਂ ਮਾਂ ਦੀ ਛਾਣ,
ਖਤੀਬ ਆਉਂਦਾ ਤੇ ਮਾਂ ਦੀ ਛਾਣ, ਉਹ ਯਾਰ ਅੱਬੇ ਦਾ ਕੀ ਕਸੂਰ ਹੈ, ਬਾਪ ਦੀ ਛਾਣ ਕਿਉਂ ਨਹੀਂ ਬਿਆਨ ਕੀਤੀ ਜਾਂਦੀ? ਨਬੀ ਪਾਕ ਨੇ ਫਰਮਾਇਆ ਸਿਆਬਾ ਤੁਹਾਡੀ ਜੰਨਤ ਤੁਹਾਡੀਆਂ ਮਾਵਾਂ ਦੇ ਕਦਮਾਂ ਥੱਲੇ। ਸਰਕਾਰ ਨੇ ਫਰਮਾਇਆ ਕਿਸੇ ਨੇ ਜੰਨਤ ਦਾ ਦਰਮਿਆਨੀ ਦਰਵਾਜ਼ਾ ਵੇਖਣਾ ਹੈ, ਯਾ ਰਸੂਲ ਅੱਲਾ ਵਿਖਾ ਦਿਓ। ਮੇਰੀ ਸਰਕਾਰ ਨੇ ਫਰਮਾਇਆ ਘਰਾਂ 'ਚ ਟੁਰ ਜਾਓ। ਆਕਾ ਜੀ ਦਰਵਾਜ਼ੇ ਘਰ ਲੱਗੇ ਨੇ, ਹਜ਼ੂਰ ਨੇ ਫਰਮਾਇਆ ਜਾ ਕੇ ਬਾਪ ਦਾ ਚਿਹਰਾ ਵੇਖ ਲਓ, ਜੰਨਤ ਦਾ ਦਰਮਿਆਨੀ ਦਰਵਾਜ਼ਾ ਜੀ, ਜੰਨਤ ਦਾ ਦਰਮਿਆਨੀ ਦਰਵਾਜ਼ਾ ਜੀ। ਮੈਨੂੰ ਇਮਾਨਦਾਰੀ ਨਾਲ ਦੱਸਿਓ, ਇਮਾਨਦਾਰੀ ਨਾਲ ਮੈਨੂੰ ਦੱਸਿਓ, ਅਸੀਂ ਇੱਥੇ ਬੈਠੇ ਹਾਂ ਜਿਸ ਜਗ੍ਹਾ ਦੇ ਅੰਦਰ, ਕੋਈ ਗੱਲ ਨਹੀਂ, ਉਹ ਹਵਾ ਦੇ ਨਾਲ ਦਰਵਾਜ਼ਾ ਵੱਜਿਆ, ਤੁਹਾਡੀ ਤਵੱਜੋ ਮੇਰੇ ਵੱਲ ਹੈ, ਉੱਚੀ ਫਰਮਾਓ ਸੁਭਾਨ ਅੱਲਾ। ਜਿਸ ਜਗ੍ਹਾ ਦੇ ਅੰਦਰ ਅਸੀਂ ਬੈਠੇ ਹਾਂ, ਇਸ ਹਵੇਲੀ ਦੇ ਅੰਦਰ, ਇਸ ਘਰ ਦੇ ਅੰਦਰ, ਇਸ ਨੂੰ ਦਰਵਾਜ਼ਾ ਲੱਗਾ, ਮੈਨੂੰ ਇਮਾਨਦਾਰੀ ਨਾਲ ਦੱਸੋ ਕਿ ਜੇ ਦਰਵਾਜ਼ਾ ਹੋਵੇ ਬੰਦ, ਹੈਂ, ਦਰਵਾਜ਼ਾ ਹੋਵੇ ਬੰਦ ਅਤੇ ਤਾਲਾ ਲੱਗਾ ਹੋਵੇ ਅਤੇ ਚਾਬੀ ਹੋਵੇ ਹਾਜੀ ਮਾਨਤ ਸਾਹਿਬ ਕੋਲ, ਬੋਲਿਓ ਜੇ, ਬੋਲਿਓ ਬੋਲਿਓ ਯਾਰ ਸੁਭਾਨ ਅੱਲਾ, ਅਤੇ ਕਿਆ ਅਸੀਂ ਅੰਦਰ ਆ ਸਕਦੇ ਹਾਂ? ਓਨੀ ਦੇਰ ਅਸੀਂ ਅੰਦਰ ਨਹੀਂ ਆ ਸਕਦੇ ਜਿੰਨੀ ਦੇਰ ਚਾਬੀ ਵਾਲਾ ਨਾ ਆਵੇਗਾ, ਓਨੀ ਦੇਰ ਅੰਦਰ ਨਹੀਂ ਆ ਸਕਦੇ ਜਿੰਨੀ ਦੇਰ ਚਾਬੀ ਵਾਲਾ ਨਾ ਆ ਕੇ ਤਾਲਾ ਖੋਲ੍ਹੇਗਾ, ਦਰਵਾਜ਼ਾ ਖੋਲ੍ਹੇਗਾ, ਅਸੀਂ ਅੰਦਰ ਨਹੀਂ ਵੜ ਸਕਦੇ। ਬਾਈ ਮਾਂ ਦੀ ਕਦਰ ਕਰੋ, ਨਬੀ ਪਾਕ ਨੇ ਫਰਮਾਇਆ ਮਾਂ ਦੇ ਪੈਰਾਂ ਥੱਲੇ ਜੰਨਤ ਦੇ, ਮਾਂ ਨਾਲ ਪਿਆਰ ਕਰੋ, ਮਾਂ ਦੀ ਕਦਰ ਕਰੋ, ਮਾਂ ਦਾ ਇਹਤਰਾਮ ਕਰੋ, ਮਾਂ ਦੇ ਪੈਰਾਂ ਥੱਲੇ ਜੰਨਤ ਹੈ। ਪਰ ਸੱਜਣਾ, ਜੇ ਮਾਂ ਨੂੰ ਰਾਜ਼ੀ ਕਰਕੇ ਪਿਓ ਨੂੰ ਨਾਰਾਜ਼ ਕੀਤਾ ਹੀ ਆਖਿਆ ਹੀ, ਜੇ ਮਾਂ ਦੇ ਪੈਰਾਂ ਥੱਲੇ ਜੰਨਤ ਹੈ, ਬਸ ਉਸ ਜੰਨਤ ਦੇ ਆਸਰੇ 'ਤੇ ਬੈਠੇ ਅਤੇ ਪਿਓ ਨੂੰ ਨਾਰਾਜ਼ ਕੀਤਾ ਹੀ, ਤਾਂ ਯਾਦ ਰੱਖੀ ਜੰਨਤ 'ਚ ਤਾਂ ਉਦੋਂ ਹੀ ਜਾਣਾ ਹੀ ਜਦੋਂ ਦਰਵਾਜ਼ਾ ਖੁੱਲ੍ਹੇਗਾ। ਤਵੱਜੋ ਹੈ, ਜੰਨਤ ਚ ਉਦੋਂ ਹੀ ਜਾਣਾ ਹੀ ਜਦੋਂ ਅੱਬੇ ਹੋਰਾਂ ਦਾ ਦਰਵਾਜ਼ਾ ਖੁੱਲੇਗਾ। ਤੇ ਜੇ ਸੱਜਣਾ ਮਾਂ ਰਾਜ਼ੀ ਹੈ ਤੇ ਪਿਓ ਨਾਰਾਜ਼ ਹੈ, ਪਿਓ ਨੂੰ ਧੱਕੇ ਮਾਰਨਾ ਹੈ ਤੇ ਦਰਵਾਜ਼ਾ ਬੰਦ ਹੈ, ਤੇ ਫਿਰ ਜੋ ਮਰਜ਼ੀ ਕਰ ਲੈ, ਜਿੰਨਾ ਮਰਜ਼ੀ ਮਾਂ ਨੂੰ ਰਾਜ਼ੀ ਕਰ ਲੈ, ਜੇ ਪਿਓ ਨਾਰਾਜ਼ ਹੀ ਨਾ ਤੇ ਫਿਰ ਸਮਝ ਲਈ ਤੂੰ ਅੰਦਰ ਨਹੀਂ ਆ ਸਕਦਾ। ਆਪਣੇ ਬਾਪ ਦੀ ਕਦਰ ਕਰੋ। ਨੌਜਵਾਨ ਕਹਿੰਦਾ ਮੈਂ ਮਾਂ ਦੀ ਬੜੀ ਕਦਰ ਕਰਨਾ, ਗੱਡੀਆਂ ਦੇ ਪਿੱਛੇ ਲਿਖਾਈ ਜੇ ਮੇਰੀ ਮਾਂ ਕੀ ਦੁਆ ਹੈ, ਕੈਰੀ ਡੱਬਿਆਂ ਦੇ ਪਿੱਛੇ ਲਿਖਾਈ ਜੇ ਮੇਰੀ ਮਾਂ ਕੀ ਦੁਆ ਹੈ, ਘਰਾਂ ਦੇ ਦਰਵਾਜ਼ਿਆਂ 'ਤੇ ਲਿਖਾਈ ਜੇ ਮੇਰੀ ਮਾਂ ਕੀ ਦੁਆ ਹੈ, ਮਾਵਾਂ ਠੰਡੀਆਂ ਛਾਵਾਂ। ਉਹ ਮੈਂ ਕਿਹਾ ਮਾਂ ਨਾਲ ਪਿਆਰ ਕਰਨਾ, ਉਸ ਪਿਓ ਨਾਲ ਪਿਆਰ ਕਿਉਂ ਨਹੀਂ ਕਰਦਾ ਜਿਹਨੇ ਸਾਰੀ ਜ਼ਿੰਦਗੀ ਅਫਸਰਾਂ ਦੇ ਤਰਲੇ ਕੀਤੇ, ਆਖਿਆ ਸਰ ਜੀ ਮੇਰੇ ਪੁੱਤਰ ਨੂੰ ਫਲਾਣੀ ਨੌਕਰੀ ਲੱਭ ਜਾਵੇ। ਜਿਹੜੇ ਪੁੱਤਰ, ਜਿਹੜੇ ਪਿਓ ਨੇ ਪੁੱਤਰ ਵਾਸਤੇ ਆਪਣੀਆਂ ਹੱਡੀਆਂ ਖੋਰ ਛੜੀਆਂ, ਵਾਲ ਚਿੱਟੇ ਹੋ ਗਏ, ਉਹ ਕਮਰ ਝੁੱਕ ਗਈ, ਹੱਥ ਵਿੱਚ ਸੋਟੀ ਫੜ ਲਈ, ਉਸ ਪਿਓ ਦੀ ਕਦਰ ਕਿਉਂ ਨਹੀਂ ਕਰਦਾ? ਬਾਬਾ ਜੀ ਮੈਨੂੰ ਇਮਾਨਦਾਰੀ ਨਾਲ ਦੱਸਿਓ, ਤੁਸੀਂ ਮੇਰੇ ਪਿਓਾਂ ਬਜਾ ਬੈਠੇ ਹੋ, ਮੇਰੇ ਬਜ਼ੁਰਗ ਬੈਠੇ ਹੋ, ਪੱਗਵਰ ਬੰਦੇ ਔਰ ਪਰਿਆ ਪੰਚਾਇਤ ਵਿੱਚ ਬਹਿਣ ਵਾਲੇ ਬੰਦੇ ਬੈਠੇ ਹੋ, ਮੈਨੂੰ ਇਮਾਨਦਾਰੀ ਨਾਲ ਦੱਸਿਓ, ਕਿਰਾਏ 'ਤੇ ਮਕਾਨ ਹੋਵੇ ਅਤੇ ਇੱਕ ਮਹੀਨਾ ਕਿਰਾਏਦਾਰ ਕਿਰਾਇਆ ਨਾ ਦੇਵੇ, ਦੂਜੇ ਮਹੀਨੇ ਨਾ ਦੇਵੇ, ਅਤੇ ਮਾਲਕ ਮਕਾਨ ਤੀਜੇ ਮਹੀਨੇ ਚੁੱਕ ਕੇ ਸਮਾਨ ਬਾਹਰ ਮਾਰਦਾ, ਆਉਂਦਾ ਤੂੰ ਕਿਰਾਇਆ ਨਹੀਂ ਦਿੰਦਾ, ਬਾਹਰ ਹੋ ਜਾ, ਉਹ ਤੇਰਾ ਪਿਓ ਹੀ ਹੈ ਜਿਹੜਾ ਪੰਜ ਪੰਜ ਮਰਲੇ ਦੀਆਂ ਕੋਠੀਆਂ ਤੇਰੇ ਨਾਂ ਲਵਾ ਦਿੰਦਾ, ਉਹ ਬਾਪ ਹੈ ਤੇਰਾ ਜਿਹੜਾ ਪੰਜ ਪੰਜ ਮਰਲੇ ਅਤੇ ਪੰਜ ਪੰਜ ਕਿੱਲੇ ਪੁੱਤਰਾਂ ਦੇ ਨਾਂ ਲਵਾ ਦਿੰਦਾ। ਆਂਦਾ ਮਾਂ ਦੀ ਕਦਰ ਕਰੋ, ਬਸ ਮਾਂ ਨਾਲ ਮੁਹੱਬਤ ਕਰੋ, ਮਾਂ ਨਾਲ ਮੁਹੱਬਤ ਕਰੋ। ਇੱਕ ਬੰਦਾ ਮੈਨੂੰ ਕਹਿਣ ਲੱਗਾ, ਕਾਰੀ ਜੀ ਮੈਂ ਮਾਂ ਦੀ ਬੜੀ ਕਦਰ ਕਰਨਾ, ਮੈਂ ਤਾਂ ਮਾਂ ਦੇ ਕਮਰੇ ਵਿੱਚ ਏਸੀ ਲਵਾ ਕੇ ਰੱਖਿਆ ਏ, ਕਾਰੀ ਜੀ ਮੈਂ ਮਾਂ ਦੇ ਰੋਜ਼ਾਨਾ ਪੈਰ ਚੁੰਮਣਾ, ਪੈਰ ਧੋ ਕੇ ਪੀਣਾ। ਮੈਂ ਕਿਹਾ ਸੱਜਣਾ ਮਾਂ ਦੀ ਬੜੀ ਕਦਰ ਕਰਨਾ, ਅੱਲਾ ਤੈਨੂੰ ਇੱਜ਼ਤ ਦੇਵੇ, ਸਲਾਮਤ ਰਵੇ, ਤੂੰ ਵਸਦਾ ਰਵੇ, ਦੱਸ ਬਾਪ ਦਾ ਕੀ ਹਾਲ ਏ? ਆਂਦਾ ਅੱਬੂ ਜੀ ਡੇਰੇ 'ਤੇ ਹੁੰਦੇ ਨੇ, ਅੱਬੂ ਜੀ ਡੇਰੇ 'ਤੇ ਹੁੰਦੇ ਨੇ, ਮਾਂ ਨੂੰ ਏਸੀ ਲਵਾ ਕੇ ਦਿੱਤਾ।
ਅੱਬਾ ਡੇਰੇ ਤੇ ਮੱਛਰਾਂ ਵਿੱਚ, ਕਹਿੰਦਾ ਮੈਂ ਕਿਹਾ ਕਿਉਂ? ਆਂਦਾ ਅੱਬੂ ਜੀ ਬਸ ਮੱਝਾਂ ਮੁੱਝਾਂ ਸਾਂਭਦੇ ਨੇ, ਅੱਬੇ ਨੂੰ ਡੇਰੇ ਤੇ ਰੱਖਿਆ, ਔਰ ਰਾਤ ਨੂੰ ਗਰਮ ਗਰਮ ਦੁੱਧ ਦਾ ਗਲਾਸ ਮਾਂ ਲਿਆ ਕੇ ਦੇਵੇ ਤੇ ਆਂਦਾ ਮਾਂ ਮੇਰੇ ਨਾਲ ਬੜਾ ਪਿਆਰ ਕਰਦੀ ਹੈ, ਉਸ ਅੱਬੇ ਦੀ ਮੁਹੱਬਤ ਕਿੱਥੇ ਟੁਰ ਗਈ ਜਿਹੜਾ ਸਾਰੀ ਦਿਹਾੜੀ ਮੱਛਰਾਂ 'ਚ ਤੇ ਧੁੱਪ 'ਚ ਮੱਝਾਂ ਚਾਰਦਾ ਤੇ ਰਾਤੀ ਮੱਛਰ ਕਟਵਾ ਕੇ ਧਾਰਾਂ ਚੋ ਕੇ ਦੁੱਧ ਲੈ ਕੇ ਆਉਂਦਾ। ਮੈਂ ਹੱਥ ਪੰਨਾ ਜੇ ਆਪਣੇ ਬਾਪ ਦੀ ਕਦਰ ਕਰੋ, ਜਿਨ੍ਹਾਂ ਦੇ ਬਾਪ ਹੈ ਜੇ ਨਾ ਆਪਣੇ ਬਾਪ ਦੀ ਕਦਰ ਕਰ ਲਿਆ, ਟੁਰ ਗਏ ਤੇ ਫਿਰ ਪਤਾ ਲੱਗ। ਪੁੱਛੋ ਨਾ ਨਈਮ ਬਾਈ ਨੂੰ, ਸਾਬਰ ਸਾਹਿਬ ਨੂੰ ਪੁੱਛੋ ਜਿਨ੍ਹਾਂ ਦਾ ਬਾਪ ਟੁਰ ਗਿਆ ਹੈ, ਕਿ ਬਾਪ ਟੁਰ ਜਾਵੇ ਤੇ ਫਿਰ ਕੀ ਹੁੰਦਾ ਹੈ। ਸੱਜਣਾ ਯਾਦ ਕਰਨਾ ਆਪਣਾ ਬਚਪਨ, ਤੇਰੇ ਕੱਪੜੇ ਫਟ ਜਾਣੇ, ਤੇਰੇ ਸ਼ੂਜ਼ ਟੁੱਟ ਜਾਣੇ, ਤੈਨੂੰ ਸਕੂਲ 'ਚ ਕਿਸੇ ਚੀਜ਼ ਦੀ ਲੋੜ ਪੈਣੀ, ਤੂੰ ਆ ਕੇ ਕਹਿਣਾ ਅੱਬੂ ਜੀ ਮੇਰੇ ਕੱਪੜੇ ਫਟ ਗਏ ਨੇ, ਮੇਰੇ ਸ਼ੂਜ਼ ਟੁੱਟ ਗਏ ਨੇ, ਮੇਰੇ ਯਾਰ ਮੈਨੂੰ ਮਿਹਣੇ ਮਾਰਦੇ ਨੇ, ਆਉਂਦੇ ਨੇ ਤੇਰੇ ਸ਼ੂਜ਼ ਟੁੱਟੇ ਨੇ, ਤੇਰਾ ਅੱਬਾ ਤੈਨੂੰ ਲੈ ਕੇ ਨਹੀਂ ਦਿੰਦਾ, ਤੇਰਾ ਅੱਬਾ ਤੈਨੂੰ ਸਾਈਕਲ ਲੈ ਕੇ ਨਹੀਂ ਦਿੰਦਾ, ਯਾਦ ਕਰ ਉਹ ਵੇਲਾ। ਤੇ ਤੇਰਾ ਪਿਓ ਕਹਿੰਦਾ ਸੀ ਪੁੱਤਰ ਮੈਨੂੰ ਆਪਣੀ ਗੱਡੀ ਵੀ ਵੇਚਣੀ ਪਈ ਤੇ ਮੈਂ ਵੇਚ ਦੇਵਾਂਗਾ, ਮੈਨੂੰ ਈਦ ਵੀ ਲਾਉਣੀ ਪਈ ਤੇ ਮੈਂ ਲਾ ਦੇਵਾਂਗਾ, ਪੁੱਤਰ ਮੈਂ ਤੇਰੇ ਕੱਪੜੇ ਤੇ ਸ਼ੂਜ਼ ਲੈ ਕੇ ਆਵਾਂਗਾ। ਕਿਉਂ ਯਾਰ? ਸਰਕਾਰ ਨੇ ਫਰਮਾਇਆ ਅਗਰ ਵੇਖਣਾ ਚਾਹੁੰਦੇ ਹੋ ਤੁਹਾਡਾ ਰੱਬ ਤੁਹਾਡੇ ਤੋਂ ਰਾਜ਼ੀ ਹੈ ਕਿ ਨਾਰਾਜ਼ ਹੈ, ਮੇਰੀ ਸਰਕਾਰ ਨੇ ਫਰਮਾਇਆ ਬਾਪ ਦਾ ਚਿਹਰਾ ਵੇਖ ਲਓ, ਜੇ ਤੁਹਾਡਾ ਅੱਬਾ ਤੁਹਾਡੇ ਤੋਂ ਰਾਜ਼ੀ ਹੈ ਨਾ ਤਾਂ ਸਮਝ ਲਿਓ ਫਿਰ ਰੱਬ ਵੀ ਤੁਹਾਡੇ ਤੋਂ ਰਾਜ਼ੀ। ਜੇ ਬਾਪ ਨਾਰਾਜ਼ ਹੈ ਨਾ ਸਮਝ ਲਿਓ ਫਿਰ ਰੱਬ ਵੀ ਨਾਰਾਜ਼ ਹੈ। ਆਪਣੇ ਬਾਪ ਦੀ ਕਦਰ ਕਰੋ ਯਾਰ, ਆਪਣੇ ਬਾਪ ਦੀ ਕਦਰ ਕਰੋ। ਮੈਨੂੰ ਇਮਾਨਦਾਰੀ ਨਾਲ ਦੱਸਿਓ, ਇੰਨੇ ਬੰਦੇ ਬੈਠੇ ਹੋਏ ਚਿੱਟੀਆਂ ਦਾੜੀਆਂ ਵਾਲੇ ਬਾਬੇ ਬੈਠੇ ਨੇ, ਇਹਨਾਂ ਨੂੰ ਪੁੱਛੋ 60-60 ਸਾਲ ਉਮਰ ਹੈ, 70-70 ਸਾਲ ਉਮਰ ਹੈ, ਕਿਸੇ ਬਾਬੇ ਨੂੰ ਬਾਅਦ ਵਿੱਚ ਪੁੱਛਿਓ ਬਾਬਾ ਜੀ ਦਾ ਸੱਬੂ ਯਾਦ ਨਹੀਂ ਹੋ ਆਉਂਦੇ, ਬਾਪ ਨਹੀਂ ਉਹ ਯਾਦ ਆਉਂਦਾ, ਰੋ ਕੇ ਆਖੇਗਾ ਕਾਰੀ ਜੀ ਅੱਬੂ ਯਾਦ ਆਉਂਦੇ ਨੇ, ਮਾਂ ਯਾਦ ਆਉਂਦੀ ਹੈ, ਇਹ ਉਹਨੂੰ ਪੁੱਛੋ ਜਿਹਦਾ ਬਾਪ ਟੁਰ ਗਿਆ। ਪਰ ਜਦੋਂ ਮੀਆਂ ਸਾਹਿਬ ਰਹਿਮਤੁਲਾਹੀ ਤਾਲਾ ਲੈ ਬਾਪ ਵਾਲੇ ਪਾਸੇ ਗਏ ਤਾਂ ਮੀਆਂ ਸਾਹਿਬ ਕਲਮ ਹੀ ਤੋੜ ਦਿੱਤੀ, ਸੁਣਾ ਦੇਵਾਂ ਜੀ ਉੱਚੀ ਆਖੋ ਸੁਭਾਨ ਅੱਲਾਹ ਤੇ, ਹੋਰ ਉੱਚੀ ਫਰਮਾਓ ਯਾਰ ਸੁਭਾਨ ਅੱਲਾਹ। ਮੀਆਂ ਸਾਹਿਬ ਫਰਮਾਉਂਦੇ ਨੇ ਸਦਾ ਨਾ ਬਾਗੀ, ਸਦਾ ਨਾ ਬਾਗੀ ਵਈ ਬੁਲਬੁਲ ਬੋਲੇ, ਸਦਾ ਨਾ ਬਾਗ ਬਹਾਰਾ ਤੇ ਸਦਾ ਨਾ ਮਾਪੇ ਹੁਸਨ ਜਵਾਨੀ ਤੇ ਸਦਾ ਨਾ ਸੁਹਬਤ ਯਾਰਾ, ਸਦਾ ਨਾ ਮਾਪੇ ਹੁਸਨ ਜਵਾਨੀ ਤੇ ਸਦਾ ਨਾ ਸੁਹਬਤ ਯਾਰਾ, ਤੇ ਮੀਆਂ ਸਾਹਿਬ ਫਰਮਾਉਂਦੇ ਨੇ ਮਾਂ ਮਰੇ ਤੇ ਵਈ ਮਾਪੇ ਮੁੱਕ ਦੇ ਤੇ ਵੀਰ ਮਰਨ ਕਰ ਵੇਲਾ ਤੇ ਬਾਪ ਬਿਨਾ ਮੁਹੰਮਦ ਬਖਸ਼ਾ ਮੁੱਕ ਜਾਂਦਾ ਜੇ ਮੇਲਾ,
ਹਜ਼ਰਤ ਉਹਦੇ ਨੂੰ ਪੁੱਛਣ ਜਿਹਦਾ ਬਾਪ ਕੋਈ ਨਹੀਂ, ਇਹਤੇ ਪੁੱਛਣ ਬਾਈ ਸਾਬਰ ਸਾਹਿਬ ਨੂੰ, ਇਹਤੇ ਪੁੱਛਣ ਬਾਈ ਨਈਮ ਸਾਹਿਬ ਨੂੰ ਜਿਨ੍ਹਾਂ ਦਾ ਬਾਪ ਚਲਾ ਗਿਆ। ਅੱਲਾ ਦੀ ਕਸਮ ਬਾਪ ਵੇੜੇ ਵਿੱਚ ਹੋਵੇ, ਅੱਲਾ ਦੀ ਕਸਮ ਵੇੜੇ ਵਿੱਚ ਰੌਣਕ ਹੁੰਦੀ ਹੈ। ਬਾਪ ਟੁਰ ਜਾਵੇ ਵੇੜੇ ਵਿਰਾਨ ਹੋ ਜਾਂਦੇ ਨੇ, ਬਾਪ ਟੁਰ ਜਾਵੇ ਵੇੜੇ ਉਜੜ ਜਾਂਦੇ ਨੇ। ਇਹ ਮੈਨੂੰ ਇਮਾਨਦਾਰੀ ਨਾਲ ਦੱਸਿਆ ਜੇ, ਸਾਬਰ ਬਾਈ ਬੈਠੇ ਹੋਣਗੇ, ਨਈਮ ਬਾਈ ਬੈਠੇ ਹੋਣਗੇ, ਸਾਬਰ ਬਾਈ ਮੈਨੂੰ ਇਮਾਨਦਾਰੀ ਨਾਲ ਦੱਸਿਆ ਜੇ, ਜਿੱਦਣ ਦਾ ਬਾਪ ਗਿਆ ਵੇ ਹੁਣ ਕਿੰਨੇ ਆਖਿਆ ਹੋਏਗਾ ਸਾਬਰ ਮੇਰੇ ਗੱਲੇ ਲੱਗ ਜਾਓ, ਨਹੀਂ ਪੁੱਤਰਾ ਮੇਰੇ ਗੱਲੇ ਲੱਗ ਜਾਓ। ਲੋਕੋ ਬਾਪ ਟੁਰ ਜਾਵੇ ਦੁਨੀਆ ਵਿਰਾਨ ਹੋ ਜਾਂਦੀ ਹੈ, ਬਾਪ ਚਲਾ ਜਾਵੇ ਬੇੜੇ ਉਜੜ ਜਾਂਦੇ ਨੇ। ਅੱਲਾ ਦੀ ਕਸਮ ਬਾਪ ਬਾਪ ਜਿਹੜਾ ਤੇਰੇ ਵਾਸਤੇ ਮਜ਼ਦੂਰੀਆਂ ਕਰ ਲੈਂਦਾ, ਓਏ ਲੋਕੋ ਬਾਪ ਬਾਪ ਜਿਹੜਾ ਈਦ ਵਾਲੇ ਦਿਨ ਵੀ ਚੌਥੀ ਚੌਥੀ ਮੰਜ਼ਲ ਤੇ ਕੰਮ ਕਰਦਾ। ਮੈਂ ਕਿਹਾ ਬਾਬਾ ਜੀ ਕੀ ਗੱਲ ਏ, ਅੱਜ ਤੇ ਈਦ ਦਾ ਦਿਨ ਕੰਮ ਪਿਆ ਕਰਨਾ। ਬਾਬਾ ਰੋ ਗਿਆ ਦਾ ਖਰੀ ਜੀ ਮੈਂ ਕੀ ਕਰਾਂ, ਮੇਰੇ ਪੁੱਤਰ ਨੇ ਸਾਈਕਲ ਮੰਗੀ ਹੈ, ਮੈਂ ਪੁੱਤਰ ਵਾਸਤੇ ਈਦ ਪਿਆ ਕੁਰਬਾਨ ਕਰਨਾ। ਲੋਕੋ ਬਾਪ ਦੀ ਕਦਰ ਕਰ ਲੋ, ਓ ਯਾਰੋ ਬਾਪ ਨੂੰ ਤੱਕੇ ਨਹੀਂ ਮਾਰੀ ਦੇ, ਬਾਪ ਨੂੰ ਗਾਲੀਆਂ ਨਹੀਂ ਦੇਈ ਦੀਆਂ। ਆਪਣੀ ਬੀਵੀ ਦੀ ਵਜ੍ਹਾ ਤੋਂ ਆਪਣੇ ਬਾਪ ਨੂੰ ਮਾਰੀਦਾ ਨਹੀਂ, ਆਪਣੀ ਬੀਵੀ ਦੀ ਵਜ੍ਹਾ ਤੋਂ ਆਪਣੇ ਬਾਪ ਨੂੰ ਥੱਪੜ ਨਹੀਂ ਮਾਰੀਦੇ। ਉਹ ਸਜਣੋ ਬਾਪ ਬਾਪ ਮੇਰੀ ਸਰਕਾਰ ਫਰਮਾਉਂਦੇ ਸਿਆਦਾ ਆਕਾ ਹੁਕਮ ਹੋਵੇ, ਮੇਰੇ ਆਕਾ ਫਰਮਾਉਂਦੇ ਤੁਸੀਂ ਉਮਰਾ ਕਰਕੇ ਆਉਂਦੇ ਹੋ, ਹੱਜ ਕਰਕੇ ਆਉਂਦੇ ਹੋ ਜੀ ਸੋਹਣਿਆ, ਮੇਰੇ ਆਕਾ ਫਰਮਾਉਂਦੇ ਕੋਈ ਸਨਦ ਲੈ ਕੇ ਆਉਂਦੇ ਹੋ ਕਿ ਮੇਰਾ ਉਮਰਾ ਕਬੂਲ ਜਾਂ ਹੱਜ ਕਬੂਲ। ਆਕਾ ਨਾ ਨਾ ਮੇਰੀ ਸਰਕਾਰ ਫਰਮਾਉਂਦੇ। ਮੇਰੀ ਸਰਕਾਰ ਫਰਮਾਉਂਦੇ ਸਿਆਬਾ ਆਓ ਮੁਹੰਮਦ ਸਨਦ ਪਿਆ ਦਿੰਦਾ ਜੇ, ਮੁਹੰਮਦ ਐਲਾਨ ਪਿਆ ਕਰਦਾ ਜੇ, ਸੋਹਣਿਆ ਕਿਹੜਾ ਐਲਾਨ। ਮੇਰੇ ਆਕਾ ਫਰਮਾਉਂਦੇ ਜਿਹੜਾ ਸਵੇਰੇ ਉੱਠ ਕੇ ਆਪਣੇ ਬਾਪ ਦਾ ਚਿਹਰਾ ਵੇਖੇਗਾ, ਅੱਲਾ ਮਕਬੂਲ ਹੱਜ ਦਾ ਸਵਾਬ ਦੇਵੇਗਾ। ਅੱਲਾ ਮਕਬੂਲ ਅੱਜ ਦਾ ਸਵਾਬ ਦੇਵੇਗਾ ਜਿਹੜਾ ਸਵੇਰੇ ਉੱਠ ਕੇ ਆਪਣੇ ਬਾਪ ਦਾ ਚਿਹਰਾ ਵੇਖੇਗਾ। ਤੂੰ ਕਹਿੰਦਾ ਬਾਪ ਤੇਰੀ ਖੰਘ ਤੂੰ ਲਰਜੀ ਹੈ, ਮੇਰੀ ਬੀਵੀ ਕਹਿੰਦੀ ਹੈ ਘਰੋਂ ਨਿਕਲ ਜਾ। ਬਦਬਖਤ ਜਿਹੜਾ ਪੁੱਤਰ ਆਪਣੇ ਪਿਓ ਨੂੰ ਕਵੇ ਬਾਬਾ ਤੇਰੀ ਖੰਘ ਤੂੰ ਲਰਜੀ ਹੈ, ਬਾਪ ਵਡੇਰਾ ਹੋ ਜਾਵੇ ਤੇ ਆਂਦੇ ਨੇ ਅੱਬਾ ਤੇਰਾ ਹੁਣ ਦਿਮਾਗ ਹੀ ਕੰਮ ਨਹੀਂ ਕਰਦਾ, ਅੱਬਾ ਤੂੰ ਡੇਰੇ ਸਿਰ ਆ ਕਰ। ਪਰ ਬਦਬਖਤ ਜਿਸ ਪਿਓ ਨੇ ਸਾਰੀ ਜ਼ਿੰਦਗੀ ਪੁੱਤਰ ਨੂੰ ਜਵਾਨ ਕੀਤਾ ਪ੍ਰਦੇਸਾਂ ਵਿੱਚ ਕੱਢ ਦਿੱਤੀ, ਉਸ ਪਿਓ ਨੂੰ ਕਹਿੰਦਾ ਬਾਹਰ ਰਿਹਾ ਕਰ। ਨਾ ਯਾਰ ਨਾ, ਆਪਣੇ ਬਾਪ ਦੀ ਕਦਰ ਕਰ ਲੈ, ਆਪਣੇ ਬਾਪ ਦੀ ਕਦਰ ਕਰ ਲਿਆ ਮੇਰੀ ਜ਼ਿੰਦਗੀ 'ਚ ਰੋਵੇਂਗਾ। ਐ ਤੇ ਉਹਨਾਂ ਪੁੱਤਰਾਂ ਨੂੰ ਪੁੱਛ ਨਾ ਜਿਹਨਾਂ ਦਾ ਪਿਓ ਚਿੱਟੀ ਦਾੜੀ ਵਾਲਾ ਟੁਰ ਗਿਆ ਵੇ, ਹੁਣ ਕਿੱਥੋਂ ਉਹ ਲੱਭਣਗੇ ਬਾਬਾ, ਹੁਣ ਕਬਰਸਤਾਨ ਜਾਣਾ ਪੈਣਾ ਪਿਓ ਨੂੰ ਮਿਲਣ ਵਾਸਤੇ, ਹੁਣ ਬਾਪ ਨਜ਼ਰ ਨਹੀਂ ਆਉਣਾ, ਹੁਣ ਬਾਪ ਨਜ਼ਰ ਨਹੀਂ ਆਉਣਾ, ਹੁਣ ਬਾਪ ਦੀ ਜ਼ਿਆਰਤ ਨਹੀਂ ਹੋਣੀ, ਹੁਣ ਕਬਰ ਦੀ ਜ਼ਿਆਰਤ ਹੋਣੀ ਹੈ ਜਾ ਕੇ। ਮੀਆਂ ਸਾਹਿਬ ਫਰਮਾਉਂਦੇ ਨੇ ਬਾਗਾਂ ਦੇ ਵਿੱਚ ਇਹ ਹਰੀਅਲ ਤੋਤਾ
ਫਿਰਦਾ ਡਾਲੀ ਡਾਲੀ ਸੱਜਣਾ ਬਗਾ ਦੇ ਮਰਜਣ ਮਾਲੀ ਫਿਰ ਰੱਬ ਆਉਣਾ ਦਾ ਵਾਲੀ ਹਲੋ ਕੁਝ ਬੱਕਰੀਆਂ ਚਰਾਣ ਵਾਲਾ ਆਜੜੀ ਮਰ ਜਾਂਦਾ ਹੋਵੇ ਬੱਕਰੀਆਂ ਉਜੜ ਜਾਂਦੀਆਂ ਨੇ ਉਹਨਾਂ ਬੱਕਰੀਆਂ ਨੂੰ ਸ਼ੇਰ ਖਾ ਜਾਂਦੇ ਨੇ ਉਹਨਾਂ ਬੱਕਰੀਆਂ ਨੂੰ ਬਗਿਆੜ ਖਾ ਜਾਂਦੇ ਨੇ ਉਹ ਯਾਰੋ ਇਸੇ ਤਰ੍ਹਾਂ ਜਦੋਂ ਘਰ ਵਿੱਚੋਂ ਬਾਪ ਚਲਾ ਜਾਵੇ ਫਿਰ ਲਾਦਾਂ ਉਜੜ ਜਾਂਦੀਆਂ ਨੇ ਫਿਰ ਪੁੱਤਰ ਉਜੜ ਜਾਂਦੇ ਨੇ ਜਿੰਨੀ ਦੇਰ ਬਾਪ ਹੋਵੇ ਪੁੱਤਰਾਂ ਨੂੰ ਲੜਨ ਨਹੀਂ ਦਿੰਦਾ ਆਂਦਾ ਪੁੱਤਰੋ ਇੱਕ ਚੰਗੇਰ ਤੇ ਬਹਿਣਾ ਜੇ ਉਹ ਮੇਰੇ ਉਹ ਬੱਚੇ ਆਪਸ ਵਿੱਚ ਨਾ ਲੜਿਓ ਉਹ ਯਾਰੋ ਜਦੋਂ ਬਾਪ ਚਲਾ ਜਾਵੇ ਵੱਡਾ ਕਹਿੰਦਾ ਅੱਬੂ ਮੇਰੇ ਨਾਲ ਜ਼ਮੀਨ ਲਾਵੇ ਨੇ ਛੋਟਾ ਕਹਿੰਦਾ ਅੱਬੂ ਮੇਰੇ ਨਾਲ ਲਾਵੇ ਨੇ ਦੁਕਾਨਾਂ ਤੋਂ ਲੜਾਈਆਂ ਲੱਗ ਜਾਂਦੀਆਂ ਨੇ ਉਹ ਯਾਰੋ ਬਾਪ ਹੋਵੇ ਤਾਂ ਲੜਨ ਨਹੀਂ ਦਿੰਦਾ ਉਹ ਸੱਜਣੋ ਇਹ ਤੇ ਉਹਨੂੰ ਪੁੱਛਣਾ ਜਿਹਦਾ ਬਾਪ ਕੋਈ ਨਹੀਂ ਉਹ ਦਰਦ ਉਹਨੂੰ ਆਉਂਦੀ ਹੈ ਜਿਹਨੂੰ ਸੱਟ ਵੱਜੀ ਹੋਵੇ ਦੂਜਾ ਇਸ ਦਰਦ ਨੂੰ ਕੀ ਜਾਣੇ ਉਹ ਆਓ ਮੈਂ ਤੁਹਾਨੂੰ ਮਦੀਨੇ ਦੀਆਂ ਗਲੀਆਂ ਚ ਲੈ ਜਾਵਾਂ ਅੱਲਾ ਦੀ ਕਸਮ ਮਦੀਨੇ ਦੀਆਂ ਗਲੀਆਂ ਨੇ ਈਦ ਦਾ ਦਿਨ ਮੇਰੀ ਸਰਕਾਰੀ ਦੀ ਨਮਾਜ਼ ਵਾਸਤੇ ਜਾ ਰਹੇ ਮੇਰੇ ਹਜ਼ੂਰ ਨਮਾਜ਼ ਵਾਸਤੇ ਜਾ ਰਹੇ ਮਦੀਨੇ ਦੀਆਂ ਗਲੀਆਂ ਨੇ ਪਤਾ ਜੇ ਮਦੀਨੇ ਦੀਆਂ ਗਲੀਆਂ ਕਿਹੜੀਆਂ ਗਲੀਆਂ ਉਹ ਗਲੀਆਂ ਜਿੱਥੇ ਇਮਾਮ ਆਜ਼ਮ ਵਰਗੇ ਅਬੂ ਹਨੀਫਾ ਵਰਗੇ ਆਪਣੀਆਂ ਪਲਕਾਂ ਨਾਲ ਬਾਰੀ ਦਿੰਦੇ ਰਹੇ ਨੇ ਓਏ ਲੋਕੋ ਮਦੀਨੇ ਦੀਆਂ ਗਲੀਆਂ ਉਹ ਗਲੀਆਂ ਨੇ ਜਿੱਥੇ ਪੀਰ ਜਮਾਤ ਅਲੀ ਸ਼ਾਹ ਵਰਗੇ ਅਜ਼ਦਾਦ ਮਦੀਨੇ ਦੀਆਂ ਗਲੀਆਂ ਚੋਂ ਗੁਜ਼ਰਦੇ ਆਪ ਦਾ ਪੈਰ ਇੱਕ ਕੁੱਤੇ ਦੇ ਪੈਰ ਉੱਤੇ ਆ ਗਿਆ ਹਜ਼ਰਤ ਕੁੱਤੇ ਦੇ ਪੈਰ ਤੇ ਸੱਟ ਲੱਗ ਗਈ ਅਜੇ ਪੀਰ ਜਮਾਤ ਅਲੀ ਸ਼ਾਹ ਰੋਣ ਲੱਗ ਪਏ ਆਪਣੀ ਦਸਤਾਰ ਉਤਾਰ ਲਈ ਆਪਣੀ ਦਸਤਾਰ ਦੀ ਪੱਟੀ ਬਣਾ ਕੇ ਕੁੱਤੇ ਦਾ ਪੈਰ ਥੱਲੇ ਬੈਠਣਾ ਸ਼ੁਰੂ ਕਰ ਦਿੱਤੀ ਲੋਕੀ ਕਹਿਣ ਲੱਗੇ ਸੋਹਣਿਆ ਕਿੱਥੇ ਕੁੱਤਾ ਕਿੱਥੇ ਤੂੰ ਸੈਯਦ ਜ਼ਾਦਾ ਸੋਹਣਿਆ ਪਾਕਿਸਤਾਨ ਚ ਲੋਕੀ ਤੈਨੂੰ ਪੀਰ ਕਹਿੰਦੇ ਨੇ ਲੋਕੀ ਸੈਯਦ ਕਹਿੰਦੇ ਨੇ ਲੋਕੀ ਤੇਰਾ ਇਹਤਰਾਮ ਕਰਦੇ ਨੇ ਸੋਹਣਿਆ ਆਪਣੀ ਦਸਤਾਰ ਦੀਆਂ ਪੱਟੀਆਂ ਬਣਾ ਕੇ ਕੁੱਤੇ ਦੇ ਪੈਰਾਂ ਤੇ ਲਪੇੜਦੇ ਪਏ ਹੋ ਪੀਰ ਜਮਾਤ ਅਲੀ ਸ਼ਾਹ ਰੋਣ ਲੱਗ ਪਏ ਰੋ ਕੇ ਕਹਿੰਦੇ ਨੇ ਸੱਜਣੋ ਮੈਂ ਆਪਣੀ ਪੀਰੀ ਵੇਖਾਂ ਮੈਂ ਆਪਣਾ ਸੈਯਦ ਆਉਣਾ ਵੇਖਾਂ ਜਾਂ ਯਾਰ ਦੀ ਗਲੀ ਦਾ ਕੁੱਤਾ ਵੇਖਾਂ ਅਜ਼ਰਾਤ ਮਦੀਨੇ ਦੀਆਂ ਹੀ ਉਹ ਗਲੀਆਂ ਮੇਰੀ ਸਰਕਾਰ ਮਦੀਨੇ ਦੀਆਂ ਗਲੀਆਂ ਚ ਜਾ ਰਹੇ ਇੱਕ ਬੱਚਾ ਛੋਟਾ ਜਿਹਾ ਮਦੀਨੇ ਦੀਆਂ ਗਲੀਆਂ ਨਾਲ ਦੀਵਾਰਾਂ ਨਾਲ ਲੱਗ ਰੋਈ ਜਾਂਦਾ ਮੇਰੇ ਆਕਾ ਫਰਮਾਉਂਦੇ ਬੱਚਿਆ ਕਿਉਂ ਰੋਣਾ ਏ ਵੇ ਬੱਚਿਆ ਈ ਤੇ ਈ ਤਾਂ ਦੇਣੇ ਸੋਹਣੇ ਕੱਪੜੇ ਕਿਉਂ ਨਹੀਂ ਪਾਏ ਜ਼ੁਲਫਾਂ ਨੂੰ ਤੇਲ ਕਿਉਂ ਨਹੀਂ ਲਾਇਆ ਬੱਚਾ ਰੋ ਕੇ ਆਂਦਾ ਸੋਹਣਿਆ ਸੋਹਣੇ ਕੱਪੜੇ ਉਹ ਪਾਉਂਦੇ ਨੇ ਜਿਹਨਾਂ ਦੀ ਮਾਂ ਜ਼ਿੰਦਾ ਹੋਵੇ ਸੋਹਣਿਆ ਜ਼ੁਲਫਾਂ ਨੂੰ ਤੇਲ ਲਾਉਂਦੇ ਨੇ ਜਿਹਨਾਂ ਦਾ ਬਾਪ ਜ਼ਿੰਦਾ ਹੋਵੇ ਪਰ ਸੋਹਣਿਆ ਮੈਂ ਕੀ ਕਰਾਂ ਮੇਰੀ ਮਾਂ ਵੀ ਕੋਈ ਨਹੀਂ ਮੇਰਾ ਬਾਪ ਵੀ ਕੋਈ ਨਹੀਂ ਭਾਈ ਸੱਜਣ ਵਾਲੇ ਵੀ ਯਕੀਨ ਨਹੀਂ ਆਉਂਦਾ ਆਓ ਲਾਰੀ ਅੱਡੇ ਚਲੀਏ ਅੱਲਾ ਦੀ ਕਸਮ ਲਾਰੀ ਅੱਡੇ 14-14 ਸਾਲ ਦੇ ਨੌਜਵਾਨ 16-16 ਸਾਲ ਦੇ ਨੌਜਵਾਨ ਫਰੂਟ ਦੀਆਂ ਰੇੜੀਆਂ ਲਾ ਕੇ ਬੈਠੇ ਨੇ ਮੈਂ ਕਿਹਾ ਬੱਚਿਆ ਕੀ ਗੱਲ ਏ
15 ਸਾਲ ਦੀ ਉਮਰ ਫਰੂੜ ਦੀ ਰੇੜੀ ਲਈ ਆ, ਓਏ ਪੁੱਤਰਾ ਤਲੀਮ ਕਿਉਂ ਨਹੀਂ ਹਾਸਲ ਕੀਤੀ, ਬੱਚਿਆ ਪੜ ਲੈਂਦਾ। ਹਾਂ ਖਰੀ ਜੀ ਕੀ ਕਰਾਂ, ਤਲੀਮ ਹਾਸਲ ਕਰਦੇ ਨੇ ਜਿਨ੍ਹਾਂ ਦਾ ਅੱਬੂ ਜ਼ਿੰਦਾ ਹੀ ਹੋਵੇ। ਖਰੀ ਜੀ ਤਲੀਮ ਹਾਸਲ ਕਰਦੇ ਨੇ ਜਿਨ੍ਹਾਂ ਦੀ ਮਾਂ ਜ਼ਿੰਦਾ ਹੀ ਹੋਵੇ, ਪਰ ਮੈਂ ਕੀ ਕਰਾਂ, ਮੇਰੀ ਮਾਂ ਵੀ ਖੋਈ ਨਹੀਂ, ਮੇਰਾ ਬਾਪ ਵੀ ਖੋਈ ਨਹੀਂ। ਮੇਰੇ ਦਾਨਸ਼ਵਰ ਤੇ ਬਜ਼ੁਰਗ ਬੰਦੇ ਬੈਠੇ ਹੋ, ਇਮਾਨਦਾਰੀ ਨਾਲ ਦੱਸਿਓ, ਫੈਕਟਰੀਆਂ ਵਿੱਚ ਬੱਚੇ ਕੰਮ ਕਰਦੇ ਨੇ, ਚਾਹ ਦੇ ਅੱਡਿਆਂ ਤੇ ਬੱਚੇ ਕੰਮ ਕਰਦੇ ਨੇ, ਕਦੀ ਉਹਨਾਂ ਨੂੰ ਪੁੱਛਿਓ ਬੱਚਿਓ ਕੀ ਗੱਲ ਹੈ ਕੰਮ ਤੇ ਕਰਦੇ ਹੋ? ਆਖਣਗੇ ਕਾਰੀ ਜੀ ਸਾਡਾ ਪਿਓ ਕੋਈ ਨਹੀਂ। ਉਹ ਯਾਰੋ ਪਿਓ ਨਾ ਹੋਵੇ, ਉਲਾ ਦਰ ਰੁੱਲ ਜਾਂਦੀਆਂ ਜੇ। ਨਹੀਂ ਬਾਈ ਤੁਹਾਡਾ ਮਜਮਾ ਰੋ ਪਿਆ, ਬਜ਼ੁਰਗਾਂ ਦੀਆਂ ਅੱਖਾਂ ਚ ਅੱਥਰੂ ਆਵੇ। ਅੱਲਾ ਅੱਥਰੂਆਂ ਦਾ ਸਦਕਾ ਹਾਜੀ ਅਮਾਨ ਸਾਹਿਬ ਦੀ ਬਖਸ਼ਿਸ਼ ਫਰਮਾਵੇ। ਮੇਰੀ ਸਰਕਾਰ ਫਰਮਾਉਂਦੇ ਨੇ ਬੱਚਿਆ ਤਲੀਮ ਕਿਉਂ ਨਹੀਂ ਹਾਸਲ ਕੀਤੀ? ਹਾਂ ਸੋਹਣਿਆ ਮੇਰੀ ਮਾਂ ਵੀ ਕੋਈ ਨਹੀਂ, ਮੇਰਾ ਬਾਪ। ਮੇਰੀ ਸਰਕਾਰ ਫਰਮਾਉਂਦੇ ਬੱਚਿਆ ਸੁਣ ਲੈ, ਮੇਰੀ ਸਰਕਾਰ ਨੇ ਬੱਚੇ ਨੂੰ ਸੀਨੇ ਲਾਇਆ। ਮੇਰੇ ਆਕਾ ਫਰਮਾਉਂਦੇ ਬੱਚਿਆ ਜੇ ਤੂੰ ਯਤੀਮ ਹੈ ਤੇ ਮੈਂ ਦੁਰੇ ਯਤੀਮ ਆ, ਮੇਰੀ ਵੀ ਮਾਂ ਕੋਈ ਨਹੀਂ, ਮੇਰਾ ਵੀ ਬਾਪ ਕੋਈ ਨਹੀਂ। ਮੇਰੀ ਸਰਕਾਰ ਨੇ ਬੱਚੇ ਨੂੰ ਸੀਨੇ ਲਾਇਆ। ਲੋਕੋ ਕਦੀ ਬਾਪ ਨੂੰ ਥੱਪੜ ਨਾ ਮਾਰਿਓ, ਕਦੀ ਬਾਪ ਨੂੰ ਵੇਲੇ ਵਿੱਚੋਂ ਨਾ ਕੱਢਿਓ, ਹੋਏ ਆਪਣੀ ਬੀਵੀ ਦੀ ਵਜ੍ਹਾ ਦਿਓ, ਆਪਣੇ ਬਾਪ ਨੂੰ ਨਾ ਧੱਕੇ ਮਾਰਿਓ। ਹੋਏ ਯਾਰਾਂ ਨੂੰ 2,000 ਦੀ ਰੋਟੀ ਖਵਾ ਦਿੰਦੇ ਹੋ, ਯਾਰਾਂ ਨੂੰ ਗੱਡੀਆਂ ਤੇ ਸੈਰ ਕਰਾ ਦਿੰਦੇ ਹੋ। ਬਾਪ ਆਖੇ ਪੁੱਤਰ ਮੈਂ ਬਿਮਾਰ ਆ, 100 ਰੁਪਿਆ ਦਵਾਈ ਦਾ ਦੇ ਦੇ। ਪੁੱਤਰ ਆਂਦਾ ਅੱਬਾ ਮੇਰੇ ਕੋਲ ਤੇ ਪੈਸੇ ਹੀ ਕੋਈ ਨਹੀਂ, ਅੱਬਾ ਮੇਰੇ ਕੋਲ ਪੈਸੇ ਹੀ ਕੋਈ ਨਹੀਂ। ਉਹ ਬਦ ਬਖਤਾ ਜਿਸ ਪਿਓ ਨੇ ਸਾਰੀ ਜ਼ਿੰਦਗੀ 60 ਸਾਲ ਪਰਦੇਸ ਵਿੱਚ ਕੱਢ ਦਿੱਤੀ, 60 ਸਾਲ ਕੋਰਿਆਂ ਦੇ ਵਿੱਚ ਕੱਢ ਦਿੱਤੀ, ਮੇਰਾ ਪੁੱਤਰ ਅਫਸਰ ਬਣੇਗਾ। ਅੱਜ ਤੂੰ ਪਿਓ ਨੂੰ ਕਹਿੰਦਾ ਅੱਬਾ ਮੇਰੇ ਕੋਲ 100 ਰੁਪਿਆ ਕੋਈ ਨਹੀਂ। ਯਾਰ ਨਾ ਨਾ ਪਿਓ ਨੂੰ ਇੰਜ ਨਹੀਂ ਕਹੀਦਾ। ਪਿਓ ਦੀ ਪੱਗ ਚੰਗੀ ਹੋਵੇ ਇੱਜ਼ਤ ਪੁੱਤਰ ਦੀ ਹੁੰਦੀ ਹੈ, ਪਿਓ ਦੀ ਜੁੱਤੀ ਚੰਗੀ ਹੋਵੇ ਇੱਜ਼ਤ ਪੁੱਤਰ ਦੀ ਹੁੰਦੀ ਹੈ, ਪਿਓ ਦੇ ਕੱਪੜੇ ਚੰਗੇ ਹੋਣ ਇੱਜ਼ਤ ਪੁੱਤਰ ਦੀ ਹੁੰਦੀ ਹੈ। ਉਹ ਸਜਣੋ ਪਿਓ ਹੋਵੇ ਤੇ ਦੁਨੀਆ ਕਹਿੰਦੀ ਇਹਨੂੰ ਕੁਝ ਨਾ ਆਖਿਓ, ਇਹਦਾ ਬਾਪ ਇਹਦੇ ਸਿਰ ਦੇਵੇ। ਪਿਓ ਹੋਵੇ ਤੇ ਦੁਨੀਆ ਵਿੱਚ ਇੱਜ਼ਤ ਹੁੰਦੀ ਹੈ। ਯਾਰੋ ਮੇਰੀ ਸਰਕਾਰ ਨੇ ਬੱਚੇ ਨੂੰ ਸੀਨੇ ਲਾਇਆ, ਆਖਿਆ ਬੱਚਿਆ ਚੱਲ ਮੈਂ ਤੈਨੂੰ ਕਰ ਲੈ ਕੇ ਜਾਵਾਂ। ਮੇਰੇ ਆਕਾ ਬੱਚੇ ਨੂੰ ਕਰ ਲੈ ਕੇ ਆ ਗਏ। ਮੇਰੀ ਸਰਕਾਰ ਫਰਮਾਉਂਦੇ ਨੇ ਆਇਸ਼ਾ ਜੀ ਸੋਹਣਿਆ, ਮੇਰੇ ਆਕਾ ਫਰਮਾਉਂਦੇ ਇਸ ਬੱਚੇ ਦੀ ਮਾਂ ਵੀ ਕੋਈ ਨਹੀਂ, ਇਸ ਬੱਚੇ ਦਾ ਬਾਪ ਵੀ ਕੋਈ ਨਹੀਂ। ਆਇਸ਼ਾ ਇਸ ਬੱਚੇ ਨੂੰ ਸੋਹਣੇ ਕੱਪੜੇ ਵੀ ਪਾ ਦੇ, ਇਹਦੀਆਂ ਜ਼ੁਲਫਾਂ ਨੂੰ ਤੇਲ। ਇਹਦੀਆਂ ਜ਼ੁਲਫਾਂ ਨੂੰ ਤੇਲ ਵੀ ਲਾ ਦੇ। ਵੇ ਬਾਬਲਾ ਆਉਂਦੀਆਂ ਨੇ ਯਾਦਾਂ ਮੈਨੂੰ ਤੇਰੀਆਂ, ਵੇ ਬਾਬਲਾ ਆਉਂਦੀਆਂ ਨੇ ਯਾਦਾਂ। ਇਹ ਤੇ ਪੁੱਛੋ ਨਾ ਸਾਬਰ ਸਾਹਿਬ ਨੂੰ, ਇਹ ਤੇ ਪੁੱਛੋ ਨਾ ਮੇਰੇ ਬਾਈ ਨਈਮ ਸਾਹਿਬ ਨੂੰ, ਮੈਨੂੰ ਇਮਾਨਦਾਰੀ ਨਾਲ ਦੱਸੋ ਨਈਮ ਸਾਹਿਬ, ਇਮਾਨਦਾਰੀ ਨਾਲ ਦੱਸੋ ਸਾਬਰ ਬਈ ਅੱਬੂ ਯਾਦ ਆਉਂਦਾ ਜੇ ਕਿ ਨਹੀਂ ਆਉਂਦਾ? ਵੇ ਬਾਬਲਾ ਆਉਂਦੀਆਂ ਨੇ ਯਾਦਾਂ ਮੈਨੂੰ ਤੇਰੀਆਂ, ਵੇ ਬਾਬਲਾ ਆਉਂਦੀਆਂ।
ਨੇ ਯਾਦਾਂ ਮੈਨੂੰ ਤੇਰੀਆਂ ਵੇ ਬਾਬਲਾ ਆਉਂਦੀਆਂ ਨੇ ਯਾਦਾਂ ਮੈਨੂੰ ਤੇਰੀਆਂ ਹੁਣ ਤੇ ਮੇਰਾ ਦਿਲ ਨਹੀਂ ਲੱਗਦਾ ਘਰ ਜਾਵਾਂ ਮੈਨੂੰ ਬਾਪ ਨਹੀਂ ਲੱਭਦਾ ਹੁਣ ਤੇ ਮੇਰਾ ਦਿਲ ਨਹੀਂ ਲੱਗਦਾ ਘਰ ਜਾਵਾਂ ਮੈਨੂੰ ਬਾਪ ਨਹੀਂ ਲੱਭਦਾ ਸੁੰਜਾ ਹੋ ਗਿਆ ਮੇਰਾ ਵਿਹੜਾ ਸੀਨੇ ਲਾਵੇ ਮੈਨੂੰ ਖੇੜਾ ਵੇ ਬਾਬਲਾ ਆਉਂਦੀਆਂ ਨੇ ਯਾਦਾਂ ਮੈਨੂੰ ਤੇਰੀਆਂ ਵੇ ਬਾਬਲਾ ਆਉਂਦੀਆਂ ਨੇ ਯਾਦਾਂ ਓਏ ਲੋਕੋ ਜਦੋਂ ਬਾਪ ਟੁਰ ਜਾਵੇ ਚਾਚੇ ਵੀ ਨਹੀਂ ਜਿਵੜਦੇ ਮਾਮੇ ਵੀ ਨਹੀਂ ਜਿਵੜਦੇ ਪੁੱਫੀਆਂ ਵੀ ਨਹੀਂ ਜਿਵੜਦੀਆਂ ਓਏ ਲੋਕੋ ਜਦੋਂ ਮਾਂ ਪਿਓ ਟੁਰ ਜਾਂਦੇ ਨੇ ਚਾਚੇ ਕਹਿੰਦੇ ਨੇ ਮਾਮਿਆਂ ਨੂੰ ਤੁਸੀਂ ਰੱਖ ਲਓ ਮਾਮੇ ਕਹਿੰਦੇ ਤੁਸੀਂ ਰੱਖ ਲਓ ਫਿਰ ਭੈਣ ਭਰਾ ਆਪਸ ਚ ਰੋਂਦੇ ਨੇ ਛੋਟੇ ਭਾਈ ਵੱਡੀਆਂ ਭੈਣਾਂ ਨੂੰ ਕਹਿੰਦੇ ਨੇ ਹਨ ਨੇ ਵੀਰਾ ਮੈਨੂੰ ਕੱਪੜਿਆਂ ਦੀ ਲੋੜ ਵੀਰਾ ਮੈਨੂੰ 100 ਰੁਪਇਆ ਈਦ ਵਾਸਤੇ ਚਾਹੀਦਾ ਤੇ ਭੈਣਾਂ ਆਪਣੇ ਭਰਾਵਾਂ ਨੂੰ ਸੀਨੇ ਲਾਉਂਦੀਆਂ ਕਹਿੰਦੀਆਂ ਵੀਰਾ ਹੁਣ ਜ਼ਿੱਦ ਨਾ ਕਰਿਓ ਹੁਣ ਕੱਪੜੇ ਨਾ ਮੰਗਿਓ ਕੱਪੜੇ ਲੈ ਕੇ ਦੇਣ ਵਾਲਾ ਬਾਪ ਕੋਈ ਨਹੀਂ ਕੱਪੜੇ ਲੈ ਕੇ ਦੇਣ ਵਾਲਾ ਬਾਪ ਕੋਈ ਨਹੀਂ ਈਦ ਦੇਣ ਵਾਲੀ ਮਾਂ ਕੋਈ ਨਹੀਂ ਹੁਣ ਜ਼ਿੱਦਾਂ ਨਾ ਕਰਿਓ ਓਏ ਲੋਕੋ ਇਹ ਤੇ ਉਹਨਾਂ ਨੂੰ ਪੁੱਛਣਾ ਜਿਨ੍ਹਾਂ ਤੀਆਂ ਦਾ ਬਾਪ ਚਲਾ ਗਿਆ ਇਹ ਤੇ ਸਾਬਰ ਬਾਈ ਦੇ ਨਹੀਂ ਬਾਈਆਂ ਭੈਣਾਂ ਨੂੰ ਪੁੱਛਣਾ ਜਿਨ੍ਹਾਂ ਦਾ ਬਾਪ ਚਲਾ ਗਿਆ ਓਏ ਲੋਕੋ ਇਹ ਤੇ ਉਹਨਾਂ ਬੱਚੀਆਂ ਨੂੰ ਪੁੱਛਣਾ ਜਿਨ੍ਹਾਂ ਦਾ ਪਿਓ ਚਲਾ ਗਿਆ ਅੱਲਾ ਦੀ ਕਸਮ ਬਾਪ ਆਪਣੀਆਂ ਤੀਆਂ ਦੀ ਸ਼ਾਦੀ ਕਰਦਾ 5 ਤੀਆਂ ਵੀ ਆਉਣ ਤੇ ਸ਼ਾਦੀ ਕਰਦਾ 7 ਤੀਆਂ ਆਉਣ ਵੀ ਸ਼ਾਦੀ ਕਰਦਾ ਹੁਣ ਲੋਕੋ ਆਪਣੀਆਂ ਗੱਡੀਆਂ ਵੇਚ ਦਿੰਦਾ ਆਪਣੇ ਕੋਠੇ ਵੇਚ ਦਿੰਦਾ ਆਪਣੀਆਂ ਬੱਚੀਆਂ ਦੀ ਸ਼ਾਦੀ ਕਰ ਦਿੰਦਾ ਹੈ ਅਗਰ ਸੁਸਰਾਲ ਵਾਲੇ ਚੰਗੇ ਹੋਣ ਤੇ ਬੜੀ ਗੱਲ ਸੁਸਰਾਲ ਵਾਲੇ ਚੰਗੇ ਨਾ ਹੀ ਹੋਣ ਤੇ ਸੁਸਰਾਲ ਵਾਲੇ ਮਾਰ ਕੇ ਖਾਂਦੇ ਨੇ ਆਪਣੇ ਅੱਬੂ ਨੂੰ ਫੋਨ ਕਰ ਤੇ ਆਪਣੇ ਅੱਬੇ ਨੂੰ ਖਾਏ ਇੰਨੇ ਪੈਸੇ ਦੇਗਾ ਤੇ ਫੇਰ ਛੱਡਾਂਗੇ ਹਜ਼ਰਾਤ ਬੱਚੀਆਂ ਟੈਲੀਫੋਨ ਕਰਦੀਆਂ ਆਉਂਦੀਆਂ ਬਾਬਾ ਮੇਰਾ ਸ਼ੋਰ ਮੈਨੂੰ ਮਾਰ ਰਿਹਾ ਮੇਰਾ ਸੋਹਰਾ ਮੈਨੂੰ ਮਾਰ ਰਿਹਾ ਮੇਰੀ ਸੱਸ ਮੈਨੂੰ ਮਾਰਦੀ ਹੈ ਆਂਦੀ ਹੈ ਜਾ ਆਪਣੀ ਮਾਂ ਕੋਲ ਇੰਨੇ ਪੈਸੇ ਲੈ ਕੇ ਆ ਜਾ ਓਏ ਲੋਕੋ ਬਾਪੋ ਬਾਪੇ ਜਿਹੜਾ ਬੱਚੀ ਨੂੰ ਆਂਦਾ ਬੱਚੀਏ ਤੂੰ ਫਿਕਰ ਨਾ ਕਰੀ ਮੈਂ ਆਪਣੇ ਕੋਠੇ ਵੇਚ ਦੇਵਾਂਗਾ ਮੈਂ ਆਪਣੀਆਂ ਗੱਡੀਆਂ ਵੇਚ ਦੇਵਾਂਗਾ ਪਰ ਮੇਰੀ ਇਹ ਬੱਚੀਏ ਤੈਨੂੰ ਰੋ ਨਹੀਂ ਦੇਵਾਂਗਾ ਓਏ ਇਮਾਨਦਾਰੀ ਨਾਲ ਦੱਸਿਓ ਜੇ ਈਦ ਵਾਲਾ ਦਿਨ ਆਉਂਦਾ ਸ਼ਬਰਾਤ ਵਾਲਾ ਦਿਨ ਆਉਂਦਾ ਬੱਚੀਆਂ ਦਰਵਾਜ਼ੇ ਖੋਲ ਖੋਲ ਕੇ ਬਹਿੰਦੀਆਂ ਨੇ ਆਪਣੀਆਂ ਸਹੇਲੀਆਂ ਨੂੰ ਕਹਿੰਦੀਆਂ ਹੁਣੇ ਮੇਰਾ ਬਾਬਾ ਆਵੇਗਾ ਹੁਣੇ ਮੇਰੀ ਮਾਂ ਆਵੇਗੀ ਮੇਰੀ ਮਾਂ ਮੇਰੀ ਈਦ ਲੈ ਕੇ ਆਵੇਗੀ ਮੇਰਾ ਬਾਪ ਮੇਰੀ ਈਦ ਲੈ ਕੇ ਆਵੇਗਾ ਪਰ ਯਾਰੋ ਜਿਹਦਾ ਬਾਪ ਹੀ ਟੁਰ ਜਾਵੇ ਜਿਹਦੀ ਮਾਂ ਹੀ ਟੁਰ ਜਾਵੇ ਫਿਰ ਉਹ ਕੀ ਕਰਨਗੇ ਮੀਆਂ ਸਾਫ ਫਰਮਾਉਂਦੇ ਨੇ ਅੱਜ ਰਾਤ ਦੀ ਵਖਾਰ ਮੈਂ ਕਿਹੜਾ ਦਰਦ ਪੇਸ਼ ਕਰਾਂ ਮੈਂ ਸਰਕਾਰ ਦੀ ਗੱਲ ਤੇ ਫਿਰ ਜਾ ਰਿਹਾ ਮੇਰੀ ਸਰਕਾਰ ਨੇ ਫਰਮਾਇਆ ਆਇਸ਼ਾ ਇਹਨੂੰ ਸੋਹਣੇ ਕੱਪੜੇ ਵੀ ਪਾ ਦੇ
ਇਹਦੀਆਂ ਜ਼ੁਲਫਾਂ ਨੂੰ ਤੇਲ ਵੀ ਲਾ ਦੇ। ਅੰਮਾ ਆਇਸ਼ਾ ਨੇ ਉਹਨੂੰ ਸੋਹਣੇ ਕੱਪੜੇ ਵੀ ਪਾਏ, ਉਹਦੀਆਂ ਜ਼ੁਲਫਾਂ ਨੂੰ ਤੇਲ ਵੀ ਲਾਇਆ। ਜਦੋਂ ਬੱਚਾ ਤਿਆਰ ਹੋ ਗਿਆ, ਮੇਰੇ ਆਕਾ ਫਰਮਾਉਂਦੇ ਨੇ, ਬੱਚਿਆ ਇੱਕ ਸੌਦਾ ਕਰ ਲਈਏ। ਆਂਦਾ, ਸੋਹਣੇ ਅੱਕਾ ਦਾ ਸੌਦਾ? ਮੇਰੇ ਆਕਾ ਫਰਮਾਉਂਦੇ, ਤੇਰੀ ਮਾਂ ਵੀ ਕੋਈ ਨਹੀਂ, ਤੇਰਾ ਬਾਪ ਵੀ ਕੋਈ ਨਹੀਂ। ਅੱਜ ਆ ਮੁਹੰਮਦ ਲਾਣ ਪਿਆ ਕਰਦਾ ਏ, ਅੱਜ ਤੋਂ ਬਾਅਦ ਆਇਸ਼ਾ ਤੇਰੀ ਮਾਂ ਏ, ਮੁਹੰਮਦ ਤੇਰਾ ਬਾਪ। ਅੱਜ ਤੋਂ ਬਾਅਦ ਆਇਸ਼ਾ ਤੇਰੀ ਮਾਂ ਏ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੇਰੇ ਬਾਪ ਨੇ। ਮੇਰੀ ਸਰਕਾਰ ਨੇ ਦੱਸਿਆ ਕਿ ਜਦੋਂ ਮਾਂ ਬਾਪ ਟੁੱਟ ਜਾਣ, ਫਿਰ ਬੱਚਿਆਂ ਨੂੰ ਦਿਲਾਸਾ ਦੇਣਾ ਚਾਹੀਦਾ, ਕਿਉਂਕਿ ਇੱਕ ਬਾਪ ਹੀ ਐਸਾ ਨਿਮਤ, ਐਸੀ ਰਹਿਮਤ ਇੱਕ ਮਾਂ ਏ ਕਿ ਜਿਹਦੇ ਤੋਂ ਬਗੈਰ ਉਹਨਾਂ ਦਾ ਕੋਈ ਪਿਆਰ ਨਹੀਂ ਕਰਦਾ। ਇੰਨੇ ਬੰਦੇ ਤੁਸੀਂ ਬੈਠੇ ਹੋ, ਇਮਾਨਦਾਰੀ ਨਾਲ ਦੱਸਿਓ, ਇੱਕ ਵਾਹਦ ਸ਼ਖਸ ਬਾਪ ਹੁੰਦਾ ਜਿਹੜਾ ਆਪਣੇ ਪੁੱਤਰ ਵਾਸਤੇ ਚਾਹੁੰਦਾ ਕਿ ਮੇਰਾ ਪੁੱਤਰ ਉਤਲੇ ਤੋਂ ਉਤਲੇ ਅਹੁਦੇ ਤੇ ਫੈਜ਼ ਹੋ ਜਾਵੇ। ਇੱਕ ਬਾਪ ਜਿਹੜਾ ਹਸਦ ਨਹੀਂ ਕਰਦਾ, ਇੱਕ ਬਾਪ ਜਿਹੜਾ ਦਿਲ 'ਚ ਲਾਲਚ ਨਹੀਂ ਰੱਖਦਾ, ਇੱਕ ਵਾਹਦ ਬਾਪ ਜਿਹੜਾ ਕਹਿੰਦਾ ਮੇਰਾ ਪੁੱਤਰ ਅਫਸਰ ਤੋਂ ਵੀ ਅਫਸਰ ਬਣ ਜਾਵੇ, ਬਾਕੀ ਹਰ ਬੰਦਾ ਲਾਲਚ ਕਰ ਜਾਂਦਾ, ਹਰ ਬੰਦੇ ਦੇ ਦਿਲ 'ਚ ਲਾਲਚ ਆ ਜਾਂਦਾ। ਤੁਸੀਂ ਵਾਕਿਆ ਸੁਣਿਆ ਲਾਹੌਰ ਦੇ ਅੰਦਰ, ਯਾਰ ਨੇ ਯਾਰ ਨੂੰ ਮੰਗਵਾ ਦਿੱਤਾ, ਉਹ ਟਰੱਕਾਂ ਵਾਲਾ ਵਾਕਿਆ, ਮੈਨੂੰ ਉਸਦਾ ਨਾਂ ਨਹੀਂ ਆਉਂਦਾ। ਯਾਰ ਨੇ ਯਾਰ ਨੂੰ ਮਰਵਾ ਦਿੱਤਾ, ਇਕੱਠੇ ਖਾਂਦੇ, ਇਕੱਠੇ ਬਹਿੰਦੇ, ਸਾਰਾ ਕੁਝ ਇਕੱਠਿਆਂ, ਪਰ ਪੈਸੇ ਦਾ ਲਾਲਚ ਆ ਗਿਆ, ਯਾਰ ਨੇ ਯਾਰ ਨੂੰ ਫੈਰ ਮਰਵਾ ਦਿੱਤੇ। ਲੇਕਿਨ ਸੱਜਣੋ, ਇੱਕ ਬਾਪ ਏ ਜਿਹੜਾ ਦਿਨੇ ਵੀ ਦੁਆ ਕਰਦਾ, ਰਾਤ ਨੂੰ ਵੀ ਦੁਆ ਕਰਦਾ, ਅੱਲਾ ਮੇਰੇ ਪੁੱਤਰ ਦੀ ਖੈਰ ਹੋਵੇ, ਯਾ ਅੱਲਾ ਮੇਰੇ ਬੱਚੇ ਦੀ ਖੈਰ ਹੋਵੇ, ਯਾ ਅੱਲਾ ਮੇਰੇ ਪੁੱਤਰ ਦੀ ਖੈਰ ਹੋਵੇ। ਮੈਂ ਬਾਬਾ ਜੀ ਐਸੇ ਬੰਦੇ ਨੂੰ ਵੀ ਸਿਆਲਕੋਟ ਦੇ ਅੰਦਰ ਜਾਣਨਾ, ਬੜਾ ਅਮੀਰ ਤਰੀਨ ਬੰਦਾ, ਆਂਦਾ ਕਾਰੀ ਸਾਹਿਬ ਮੇਰੇ 50,000 ਹਨ, ਅੱਲਾ ਗੱਡੀਆਂ ਵੀ ਦਿੱਤੀਆਂ, ਕੋਠੀਆਂ ਵੀ ਦਿੱਤੀਆਂ, 50,000 ਸਨ। ਆਂਦਾ ਕਾਰੀ ਸਾਹਿਬ ਐਕਸੀਡੈਂਟ ਹੋਇਆ, ਮੇਰੀ ਲੱਤਾਂ ਤੋਂ ਮੈਂ ਲੱਤਾਂ ਮੇਰੀਆਂ ਟੁੱਟ ਗਈਆਂ, ਫਾਲਜ ਹੋ ਗਿਆ, ਮੈਂ ਚੱਲਣਾ ਛੱਡ ਦਿੱਤਾ, ਐਸੀ ਗਰੀਬੀ ਆਈ, ਇਤਨਾ ਅਮੀਰ ਸਾਂ, ਐਸੀ ਗਰੀਬੀ ਆਈ ਕਿ ਮੈਂ ਮਜ਼ਦੂਰ ਹੋ ਗਿਆ, ਹਸਪਤਾਲ ਦੇ ਵਿੱਚ ਆ ਗਿਆ। ਆਂਦਾ ਕਾਰੀ ਸਾਹਿਬ ਕਸਮ ਅੱਲਾ ਦੀ, 50 ਯਾਰਾਂ 'ਚੋਂ 1 ਯਾਰ ਵੀ ਹਸਪਤਾਲ ਪਤਾ ਲੈਣ ਨਹੀਂ ਆਇਆ। ਮੈਂ ਗਰੀਬ ਹੋ ਗਿਆ ਨਾ, ਜਦੋਂ ਅਮੀਰ ਸਾਂ ਸਾਰੇ ਸਲਾਮਾਂ ਕਰਦੇ ਸਨ, ਮੈਂ ਗਰੀਬ ਹੋ ਗਿਆ ਅਤੇ 1 ਯਾਰ ਵੀ ਮਿਲਣ ਨਹੀਂ ਆਇਆ। ਆਂਦਾ ਕਾਰੀ ਸਾਹਿਬ ਅਗਲੀ ਗੱਲ ਦੱਸਾਂ, ਤੁਹਾਡੀਆਂ ਅੱਖਾਂ 'ਚੋਂ ਅੱਥਰੂ ਆ ਜਾਣਗੇ। ਮੈਂ ਕਿਹਾ ਹਾਂ। ਆਂਦਾ ਕਾਰੀ ਸਾਹਿਬ ਹਸਪਤਾਲ ਪਤਾ ਕੌਣ ਆਇਆ? ਆਂਦਾ ਜਿਸ ਮਾਂ ਨੂੰ ਮੈਂ ਸਮਝਦਾ ਕੁਝ ਨਹੀਂ ਸਾਂ, ਜਿਸ ਪਿਓ ਨੂੰ ਮੈਂ ਸਮਝਦਾ ਕੁਛ ਨਾ, ਉਹ ਮਾਂ ਨੇ ਆ ਕੇ ਮੇਰੀ ਮੰਜੀ ਦੇ ਕੋਲ ਮਸੱਲਾ ਪਾ ਲਿਆ, ਹਸਪਤਾਲ ਆਈ ਅਤੇ ਸਾਰੀ ਸਾਰੀ ਰਾਤ ਰੋਂਦੀ ਸੀ ਅਤੇ ਆਉਂਦੀ ਸੀ, ਯਾ ਅੱਲਾ ਮੇਰੇ ਪੁੱਤਰ ਦੀ ਖੈਰ ਹੋਵੇ। ਆਂਦਾ ਕਾਰੀ ਸਾਹਿਬ ਜਿਸ ਪਿਓ ਨੂੰ ਮੈਂ ਪੁੱਛਦਾ ਨਹੀਂ ਸਾਂ, ਉਹ ਵਡੇਰਾ ਜਿਹਾ ਪਿਓ ਮਜ਼ਦੂਰੀ ਕਰਕੇ 600 ਰੁਪਇਆ ਦਿਹਾੜੀ ਲਾਉਂਦਾ ਅਤੇ ਮੈਡੀਕਲ ਸਟੋਰ 'ਤੇ ਰਾਤ ਨੂੰ ਦਵਾਈ ਲੈ ਕੇ ਅਤੇ ਹਸਪਤਾਲ 'ਚ ਪਹੁੰਚਦਾ ਸੀ। ਆਂਦਾ ਕਾਰੀ ਸਾਹਿਬ ਮੈਨੂੰ ਅੱਜ ਪਤਾ ਲੱਗਾ, ਜਦੋਂ ਮੇਰੇ 'ਤੇ ਗਰੀਬੀ ਆਈ, ਮੈਨੂੰ ਅੱਜ ਪਤਾ ਲੱਗਾ ਕਿ ਸਿਵਾਏ ਮਾਂ ਪਿਓ ਦੇ ਕੋਈ ਸੱਚੀ ਮੁਹੱਬਤ ਨਹੀਂ ਕਰਦਾ। ਆਂਦਾ ਮਾਂ ਸਾਰੀ ਸਾਰੀ ਰਾਤ ਰੋ ਕੇ ਦੁਆਵਾਂ ਕਰਦੀ ਹੈ ਅਤੇ ਪਿਓ ਸਵੇਰੇ ਮਜ਼ਦੂਰੀ ਕਰਕੇ ਅਤੇ ਸ਼ਾਮ ਨੂੰ 600-700 ਲੱਭਦਾ ਅਤੇ ਮੇਰੇ ਵਾਸਤੇ ਦਵਾਈ ਲਿਆ ਕੇ ਅਤੇ ਮੈਨੂੰ ਦਵਾਈ ਖਵਾਉਂਦਾ ਅਤੇ ਨਾਲੇ ਰੋਂਦੇ ਨੇ ਅਤੇ ਨਾਲੇ ਆਉਂਦੇ ਨੇ, ਯਾ ਅੱਲਾ ਮੇਰੇ ਬੱਚੇ ਦੀ ਖੈਰ ਹੋਵੇ, ਮੇਰੇ ਬੱਚੇ ਦੀ ਖੈਰ ਹੋਵੇ।
ਉਹ ਪਿਓ ਵਡੇਰਾ ਹੋ ਜਾਵੇ ਨਾ, ਮੰਜੀ ਤੇ ਪੈ ਜਾਵੇ ਤੇ ਪੁੱਤਰਾਂ ਦੇ ਨੇ ਯਾਲਾ ਬੇਨੂੰ ਪੜਦਾ ਦੇ ਦੇ, ਅੱਲਾ ਬੇਨੂੰ ਪੜਦਾ ਦੇਵੇ, ਯਾਲਾ ਮਾਂ ਨੂੰ ਪੜਦਾ ਦੇਵੇ। ਮੈਨੂੰ ਇਮਾਨਦਾਰੀ ਨਾਲ ਦੱਸਿਓ, ਕਦੀ ਮਾਂ ਜਾਂ ਬਾਪ ਨੇ ਵੀ ਆਖਿਆ ਕਿ ਅੱਲਾ ਮੇਰੇ ਪੁੱਤਰ ਨੂੰ ਪੜਦਾ ਦੇ ਦੇ? ਮਾਂ ਤੇ ਪਿਓ ਰੋਂਦੇ ਹੀ ਨਹੀਂ, ਆਉਂਦੇ ਨੇ ਯਾਲਾ ਸਾਡੀ ਜ਼ਿੰਦਗੀ ਸਾਡੇ ਬੱਚੇ ਨੂੰ ਲੱਗ ਜੇ, ਬੱਚਾ ਠੀਕ ਹੋ ਜੇ। ਉਹ ਮਜਮੇ ਦੀਆਂ ਅੱਖਾਂ 'ਚ ਉੱਥਰੂ ਆ ਗਏ। ਅੱਲਾ ਤੁਹਾਨੂੰ ਸਲਾਮਤ ਰੱਖੇ ਯਾਰ। ਆਪਣੀ ਮਾਂ ਦੀ ਕਦਰ ਕਰੋ, ਆਪਣੇ ਬਾਪ ਦੀ ਕਦਰ ਕਰੋ। ਸੱਜਣੋ, ਮੈਂ ਪਹਿਲੀ ਵਾਰੀ ਇੱਥੇ ਆਇਆ, ਤੁਸੀਂ ਮੈਨੂੰ ਨਹੀਂ ਜਾਣਦੇ, ਮੈਂ ਤੁਹਾਨੂੰ ਨਹੀਂ ਜਾਣਦਾ। ਇੰਨੇ ਬੰਦਿਆਂ ਸਾਹਮਣੇ ਮੈਂ ਹੱਥ ਬੰਨੇ ਨੇ, ਮੇਰੀ ਸ਼ਾਨ 'ਚ ਕੋ ਫਰਕ ਆ ਗਿਆ? ਮੇਰੀ ਇੱਜ਼ਤ 'ਚ ਕੋ ਫਰਕ ਆ ਗਿਆ? ਯਾਰ, ਜਿਹਦੀ ਮਾਂ ਨਾਰਾਜ਼ ਹੈ, ਜਿਹਦਾ ਬਾਪ ਨਾਰਾਜ਼ ਹੈ, ਜਾ ਕੇ ਹੱਥ ਬੰਨ ਕੇ ਆਖੋ ਬੂਜੀ ਰਾਜ਼ੀ ਹੋ ਜਾਓ, ਮਾਂ ਜੀ ਰਾਜ਼ੀ ਹੋ ਜਾਓ। ਜੇ ਤੇਰੀ ਮਾਂ ਮੰਨ ਗਈ ਨਾ, ਜੇ ਤੇਰਾ ਬਾਪ ਮੰਨ ਗਿਆ, ਤੇਰੀ ਜ਼ਿੰਦਗੀ ਸਵਰ ਜਾਏਗੀ। ਮੇਰਾ ਟਾਈਮ ਬਿਲਕੁਲ ਕਰੀਬ ਹੋ ਗਿਆ, ਖਤਮ ਹੋ ਗਿਆ। ਮੈਂ ਬਸ ਇੱਕ ਗੱਲ ਕਰਕੇ ਤੇ ਜਾ ਚਾਹਾਂਗਾ। ਹਜ਼ਰਤ ਸੁਲੇਮਾਨ ਅਲੈਹਿ ਸਲਾਤੁ ਸਲਾਮ ਦਾ ਦੌਰ ਹੈ ਤੇ ਨੌਜਵਾਨ ਸ਼ਰਾਬ ਪੀ ਕੇ ਘਰ ਆ ਜਾਂਦਾ ਤੇ ਬਾਪ ਨੇ ਆਖਿਆ, ਪੁੱਤਰ ਸ਼ਰਾਬ ਨਾ ਪੀਆ ਕਰ, ਸ਼ਰਾਬ ਚੰਗੀ ਚੀਜ਼ ਨਹੀਂ। ਉਹਨੇ ਰੋਜ਼ ਸ਼ਰਾਬ ਪੀਣੀ ਤੇ ਘਰ ਆ ਜਾਣਾ। ਇੱਕ ਦਿਨ ਸ਼ਰਾਬ ਦੇ ਨਸ਼ੇ 'ਚ ਆਇਆ, ਬਾਪ ਨੇ ਗੁੱਸੇ ਨਾਲ ਆਖਿਆ, ਮੈਂ ਤੈਨੂੰ ਦੋ ਵਾਰੀ ਆਖਿਆ, ਤਿੰਨ ਵਾਰੀ ਆਖਿਆ ਸ਼ਰਾਬ ਨਾ ਪੀਆ ਕਰ, ਤੂੰ ਫਿਰ ਸ਼ਰਾਬ ਪੀਂਦਾ? ਬਾਪ ਨੇ ਗੁੱਸੇ ਨਾਲ ਆਇਆ, ਪੁੱਤਰ ਤੇ ਸ਼ਰਾਬ ਦਾ ਨਸ਼ਾ ਤਾਰੀ ਸੀ ਪੁੱਤਰ ਨੇ, ਬਾਪ ਦੇ ਮੂੰਹ ਤੇ ਚੰਡ ਮਾਰੀ, ਬਾਪ ਦੀ ਅੱਖ ਜ਼ਾਇਆ ਹੋ ਗਈ। ਉਹ ਕਦੀ ਬਾਪ ਨੂੰ ਥੱਪੜ ਨਾ ਮਾਰਿਓ, ਕਦੀ ਬਾਪ ਨੂੰ ਓਏ ਕਰਕੇ ਨਾ ਬੁਲਾਇਓ, ਕਦੀ ਬਾਪ ਨੂੰ ਐਂ ਨਾ ਆਖਿਓ ਅੱਬਾ, ਇੰਜ ਨਾ ਬੁਲਾਇਓ। ਯਾਦ ਰੱਖਿਓ, ਜੋ ਬੀਜੋਗੇ ਉਹ ਵੱਢੋਗੇ। ਤੇਰੇ ਪੁੱਤਰ ਵੀ ਜਵਾਨ ਹੋਣ ਵਾਲੇ ਨਹੀਂ, ਫਿਰ ਯਾਦ ਰੱਖ ਲਈ ਤੇਰੇ ਨਾਲ ਵੀ ਇੰਜ ਹੀ ਹੋਣਾ ਹੀ। ਕਦੀ ਬਾਪ ਨੂੰ ਉਂਝ ਨਾ ਬੁਲਾਇਓ ਜੇ ਬਾਪ ਨੇ ਪਿਓ ਦੇ ਮੂੰਹ ਤੇ ਥੱਪੜ ਮਾਰਿਆ, ਪਿਓ ਦੀ ਅੱਖ ਜ਼ਾਇਆ ਹੋ ਗਈ। ਪਿਓ ਨੇ ਚੀਖ ਮਾਰੀ ਤੇ ਕਹਿ ਲਗਾ, ਜਾ, ਅੱਜ ਤੋਂ ਬਾਅਦ ਮੈਂ ਤੇਰਾ ਪਿਓ ਨਹੀਂ, ਤੂੰ ਮੇਰਾ ਪੁੱਤਰ ਨਹੀਂ। ਮੈਂ ਸਾਰੀ ਜ਼ਿੰਦਗੀ ਦੁਆਵਾਂ ਕਰ ਤੈਨੂੰ ਜਵਾਨ ਕਰਾਂ, ਤੂੰ ਮੇਰੇ ਮੂੰਹ ਤੇ ਚੰਡਾ ਮਾਰੇ? ਜਾ, ਚਲਾ ਜਾ। ਪੁੱਤਰ ਨੂੰ ਨਸ਼ਾ ਲੱਥਾ ਤੇ ਪਤਾ ਲੱਗਾ ਮੈਂ ਤਾਂ ਪਿਓ ਦੇ ਮੂੰਹ ਤੇ ਚੰਡ ਮਾਰ ਦਿੱਤੀ ਹੈ, ਪਿਓ ਦੀ ਅੱਖ ਜ਼ਾਇਆ ਹੋ ਗਈ ਹੈ। ਪੁੱਤਰ ਵੀ ਰੋਣ ਲੱਗਾ ਤੇ ਰੋ ਕੇ ਤੇ ਆਪਣਾ ਹੱਥ ਵੱਢ ਲਿਆ, ਜਿਸ ਹੱਥ ਨਾਲ ਪਿਓ ਨੂੰ ਚੰਡ ਮਾਰੀ ਸੀ, ਤੇ ਜਾ ਕੇ ਆਂਦਾ, ਅੱਬਾ ਇਹ ਹੱਥ ਪਿਆ ਹੀ, ਮੇਰੇ ਕੋਲ ਗਲਤੀ ਹੋ ਗਈ ਹੈ, ਮੈਨੂੰ ਮਾਫ਼ ਕਰ ਦੇ। ਬਾਪ ਕਹਿ ਲਗਾ, ਮੈਂ ਤੈਨੂੰ ਮਾਫ਼ ਨਹੀਂ ਕਰਨਾ, ਮੈਂ ਸਾਰੀ ਜ਼ਿੰਦਗੀ ਤੈਨੂੰ ਪਾਲਿਆ, ਤੂੰ ਮੇਰੇ ਮੂੰਹ ਤੇ ਚੰਡਾ ਮਾਰੇ? ਜਾ, ਚਲਾ ਜਾ। ਹੁਣ ਪੁੱਤਰ ਦਿਨੇ ਵੀ ਰੋਂਦਾ ਤੇ ਰਾਤੀ ਵੀ ਰੋਂਦਾ, ਆਂਦਾ ਅੱਬੂ ਮੈਨੂੰ ਮਾਫ਼ ਕਰ, ਅੱਬਾ ਜੀ ਮੈਨੂੰ ਮਾਫ਼ ਕਰ ਦਿਓ, ਪਿਓ ਮਾਫ਼ ਨਹੀਂ ਕਰਦਾ। ਯਾਰੋ, ਕਦੀ ਮਾਂ ਨੂੰ ਨਾ ਮਾਰਿਓ, ਕਦੀ ਬੀਵੀ ਦੀ ਵਜ੍ਹਾ ਤੂੰ ਪਿਓ ਨੂੰ ਨਾ ਮਾਰਿਓ। ਓਏ, ਸਾਰੀ ਜ਼ਿੰਦਗੀ ਮਾਂ ਪਿਓ ਤੁਹਾਨੂੰ ਪਾਲਦੇ ਨੇ, ਅੱਜ ਬੀਵੀਆਂ ਆਈਆਂ, ਤੂੰ ਬੀਵੀ ਦੀ ਵਜ੍ਹਾ ਤੂੰ ਮਾਂ ਨੂੰ ਕੱਢਣ ਦਿਆ, ਤੂੰ ਬੀਵੀ ਦੀ ਵਜ੍ਹਾ ਤੂੰ ਪਿਓ ਨੂੰ ਕੱਢਣ ਦਿਆ? ਨਾ ਸੱਜਣਾ, ਨਾ ਉਹ ਵਡੇਰਾ ਜਾਂ ਬਾਬਾ ਚਿੱਟੀ ਦਾੜੀ ਵਾਲਾ ਵਡੇਰੀ ਜੀ ਮਾਂ ਕਿੱਥੇ ਜਾਵੇਗੀ? ਉਹਨੂੰ ਤੇਰਾ ਹੀ ਤੇ ਆਸਰਾ ਸੀ ਕਿ ਮੇਰਾ ਪੁੱਤਰ ਵੱਡਾ ਹੋਵੇਗਾ ਤੇ ਮੈਂ ਜ਼ਿੰਦਗੀ ਸਕੂਨ ਨਾਲ ਗੁਜ਼ਾਰਾਂਗਾ, ਜ਼ਿੰਦਗੀ ਸਕੂਨ ਨਾਲ ਗੁਜ਼ਾਰਾਂਗੀ। ਜੇ ਤੂੰ ਪਿਓ ਕੱਢ ਦੇਵੇਗਾ ਤੇ ਕਿੱਥੇ ਜਾਵੇਗਾ? ਹਜ਼ਰਤ ਨਿਵਾਕਾਰ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮੋ, ਹਜ਼ਰਤ ਪੁੱਤਰ ਨੇ ਪਿਓ ਦੇ ਮੂੰਹ ਤੇ ਛੰਡ ਮਾਰੀ, ਪਿਓ ਕਹਿਣ ਲੱਗਾ, ਜਾ, ਚਲਾ ਜਾਓ, ਅੱਜ ਤੋਂ ਬਾਅਦ ਮੈਂ ਤੇਰਾ ਬਾਪ ਕੋਈ ਨਹੀਂ, ਤੂੰ ਮੇਰਾ ਪੁੱਤਰ ਕੋਈ ਨਹੀਂ। ਹਜ਼ਰਤ ਪਿਓ ਜਰਾ ਤੁਸੀਂ ਵਖਾਰ ਨਾਲੇ ਰੋਂਦਾ ਤੇ ਨਾਲੇ ਆਂਦਾ, ਜਾ, ਚਲਾ ਜਾ। ਪੁੱਤਰ ਹੱਥ ਬੰਨ ਕੇ ਆਂਦਾ, ਬਾਬਾ ਮੈਨੂੰ ਮਾਫ਼ੀ ਦੇ ਦੇ, ਬਾਬਾ ਮੈਨੂੰ ਮਾਫ਼ ਕਰ ਦੇ, ਬਾਬਾ ਮੇਰੇ ਕੋਲ ਗਲਤੀ ਹੋ ਗਈ ਹੈ। ਪਿਓ ਆਂਦਾ,
ਜਾ ਚਲਾ ਜਾ, ਮੈਂ ਤੈਨੂੰ ਮਾਫ ਨਹੀਂ ਕਰਨਾ, ਜਾ ਚਲਾ ਜਾ। ਹਜ਼ਰਤ ਪੁੱਤਰ ਇੱਕ ਦਿਨ ਰੋਂਦਾ ਰੋਂਦਾ ਹਜ਼ਰਤ ਸੁਲੇਮਾਨ ਦੀ ਬਾਰਗਾਹ ਛਾਇਆ, ਆਂਦਾ ਯਾ ਨਬੀ ਅੱਲਾ ਮੇਰੇ ਕੋਲ ਗਲਤੀ ਹੋ ਗਈ ਹੈ। ਅੱਲਾ ਦੇ ਨਬੀ ਫਰਮਾਉਂਦੇ ਨੇ ਕੀ ਕੀਤਾ ਈ? ਆਂਦਾ ਸੋਹਣਿਆ ਮੈਂ ਬਾਪ ਦੇ ਮੂੰਹ ਤੇ ਥੱਪੜ ਮਾਰਿਆ, ਮੇਰੇ ਪਿਓ ਦੀ ਅੱਖ ਜ਼ਾਇਆ ਹੋ ਗਈ ਹੈ। ਹਜ਼ਰਤ ਸੁਲੇਮਾਨ ਵੀ ਰੋਣ ਲੱਗ ਪਏ, ਰੋ ਕੇ ਫਰਮਾਉਂਦੇ ਨੇ ਜਾ ਚਲਾ ਜਾ, ਉਹ ਪਿਓ ਨੂੰ ਚੰਡਾ ਮਾਰ ਕੇ ਮੇਰੇ ਕੋਲ ਆ ਗਈਆਂ, ਜਾ ਚਲਾ ਜਾ, ਤੇਰਾ ਰੱਬ ਵੀ ਨਾਰਾਜ਼ ਏ, ਤੇਰਾ ਬਾਪ ਵੀ ਨਾਰਾਜ਼ ਏ, ਜਾ ਨਬੀ ਵੀ ਨਾਰਾਜ਼ ਈ, ਜਾ ਚਲਾ ਜਾ। ਅੱਲਾ ਦੇ ਨਬੀ ਦੇ ਕਦਮਾਂ 'ਚ ਡਿੱਗਿਆ, ਆਂਦਾ ਯਾ ਨਬੀ ਅੱਲਾ ਮੇਰੇ ਕੋਲ ਗਲਤੀ ਹੋ ਗਈ ਏ, ਸੋਹਣਿਆ ਮੈਨੂੰ ਮਾਫ਼ੀ ਲੈ ਦਿਓ, ਮੇਰਾ ਬਾਬਾ ਮੇਰੇ ਤੋਂ ਰਾਜ਼ੀ ਹੋ ਜਾਵੇ। ਅੱਲਾ ਦੇ ਨਬੀ ਫਰਮਾਉਂਦੇ ਨੇ ਬਾਪ ਕਿੱਥੇ ਈ? ਆਂਦਾ ਸੋਹਣਿਆ ਬਾਪ ਘਰ ਵਿੱਚ। ਅੱਲਾ ਦੇ ਨਬੀ ਫਰਮਾਉਂਦੇ ਨੇ ਜਾ ਆਪਣੇ ਬਾਪ ਨੂੰ ਬੁਲਾ ਕੇ ਲਿਆ। ਦੌੜਦਾ ਦੌੜਦਾ ਆਇਆ, ਆਂਦਾ ਬਾਬਾ ਮੈਨੂੰ ਮਾਫ ਕਰ ਦੋ। ਬਾਪ ਆਂਦਾ ਜਾ ਚਲਾ ਜਾ, ਮੈਂ ਮਾਫ ਨਹੀਂ ਕਰਦਾ। ਆਂਦਾ ਅੱਛਾ ਬਾਬਾ ਮੈਂ ਅੱਜ ਕੱਲਾ ਨਹੀਂ ਆਇਆ, ਸਿਫਾਰਿਸ਼ ਲੈ ਕੇ ਆਇਆ ਵਾ। ਅੱਲਾ ਦੇ ਨਬੀ ਤੁਹਾਨੂੰ ਵੀ ਬੁਲਾਉਂਦੇ ਨੇ। ਲੋਕੋ ਬਾਬੇ ਨੇ ਸੋਟੀ ਫੜ ਲਈ, ਬਾਬਾ ਸੋਟੀ ਦੇ ਆਸਰੇ ਤੇ ਕਮਰ ਝੁਕੀ ਹੋਈ ਹੈ, ਤੁਰਦਾ ਤੁਰਦਾ ਅੱਲਾ ਦੇ ਨਬੀ ਦੀ ਬਾਰਗਾਹ ਛਾਇਆ। ਲੋਕੋ ਚਿੱਟੀ ਦਾੜੀ ਹੋਵੇ, ਕਮਰ ਝੁਕੀ ਹੋਵੇ, ਉਂਜੀ ਤਰਸ ਆ ਜਾਂਦਾ, ਬਦ ਵਕਤਾ ਤੂੰ ਪਿਓ ਦੇ ਮੂੰਹ ਤੇ ਥੱਪੜ ਮਾਰਨ। ਬਾਬਾ ਕੰਬਦੇ ਕੰਬਦੇ ਹੱਥਾਂ ਨਾਲ ਸੋਟੀ ਲੈ ਕੇ ਅੱਲਾ ਦੇ ਨਬੀ ਦੀ ਬਾਰਗਾਹ ਛਾਇਆ। ਅੱਲਾ ਦੇ ਨਬੀ ਫਰਮਾਉਂਦੇ ਨੇ ਬਾਬਾ ਇਹ ਤੇਰਾ ਪੁੱਤਰ ਏ। ਬਾਬੇ ਨੇ ਚੀਖ ਮਾਰ ਦਿੱਤੀ, ਆਂਦਾ ਸੋਹਣਿਆ ਜੀ ਮੇਰਾ ਪੁੱਤਰ ਏ, ਬਾਬਾ ਤੇਰੇ ਪੁੱਤਰ ਕੋਲੋਂ ਗਲਤੀ ਹੋ ਗਈ ਏ, ਬਾਬਾ ਆਪਣੇ ਬੱਚੜੇ ਨੂੰ ਮਾਫ ਕਰ ਦੇ, ਆਪਣੇ ਪੁੱਤਰ ਨੂੰ ਮਾਫ ਕਰ ਦੇ। ਬਾਬਾ ਆਂਦਾ ਸੋਹਣਿਆ ਨਾ ਨਾ ਮੈਂ ਇਹਨੂੰ ਮਾਫ ਨਹੀਂ ਕਰਨਾ, ਮੈਂ ਸਾਰੀ ਜ਼ਿੰਦਗੀ ਇਹਦੇ ਲਈ ਦੁਆਵਾਂ ਕਰਾਂ, ਤੇ ਮੇਰੇ ਮੂੰਹ ਤੇ ਥੱਪੜ ਮਾਰੇ, ਮੈਂ ਇਹਨੂੰ ਮਾਫ ਨਹੀਂ ਕਰਨਾ। ਆਂਦਾ ਸੋਹਣਿਆ ਮੇਰੀ ਔਲਾਦ ਕੋਈ ਨਹੀਂ ਸੀ, ਮੈਂ 7 ਸਾਲ ਰੋਂਦਾ ਰਿਹਾ, ਸਾਰੀ ਸਾਰੀ ਰਾਤ ਦੁਆਵਾਂ ਮੰਗਦਾ ਰਿਹਾ, ਮੈਂ ਕਹਿ ਅੱਲਾ ਮੈਨੂੰ ਇੱਕ ਪੁੱਤਰ ਦੇ ਦੇ, ਅੱਲਾ ਇੱਕ ਬੱਚੜਾ ਦੇ ਦੇ। ਤਲਵਾੜੇ ਵਾਲੇ ਹਲੇ ਵੀ ਯਕੀਨ ਨਹੀਂ ਆਉਂਦਾ, ਉਹਨਾਂ ਕੋਠੀਆਂ ਵਾਲਿਆਂ ਨੂੰ ਪੁੱਛੋ ਜਿਨ੍ਹਾਂ ਦੀ ਔਲਾਦ ਕੋਈ ਨਹੀਂ। ਅੱਲਾ ਦੀ ਕਸਮ ਆਪਣੀਆਂ ਅੱਖਾਂ ਨਾਲ ਵੇਖਿਆ, ਵੱਡੇ ਵੱਡੇ ਅਮੀਰ ਲੋਕ ਇਹ ਚੰਗਣਾ ਤੇ ਝੁਕੀਆਂ ਵਾਲਿਆਂ ਕੋਲ ਜਾਂਦੇ ਨੇ, ਆਂਦੇ ਨੇ ਇੱਕ ਬੱਚਾ ਸਾਨੂੰ ਦੇ ਦੇ, ਸਾਡੇ ਕੋਲ ਕੋਠੀਆਂ ਲੈ ਲੈ, ਬੰਗਲੇ ਲੈ ਲੈ, ਇੱਕ ਪੁੱਤਰ ਸਾਨੂੰ ਦੇ ਦੇ। ਹੱਲੇ ਕੋਈ ਤੇ ਉਹਨੂੰ ਪੁੱਛਣਾ ਜਿਹਦੀ ਔਲਾਦ ਕੋਈ ਨਹੀਂ। ਆਂਦਾ ਸੋਹਣਿਆ ਮੈਂ 7 ਸਾਲ ਰੋਂਦਾ ਰਿਹਾ, ਮੈਂ ਕਿਹਾ ਰੱਬਾ ਮੈਨੂੰ ਇੱਕ ਪੁੱਤਰ ਦੇ ਦੇ, ਇੱਕ ਬੱਚੜਾ ਦੇ ਦੇ। ਆਂਦਾ ਸੋਹਣਿਆ ਅੱਲਾ ਨੇ 7 ਸਾਲਾਂ ਤੋਂ ਬਾਅਦ ਮੇਰਾ ਪੁੱਤਰ ਮੈਨੂੰ ਅਤਾ ਕੀਤਾ। ਆਂਦਾ ਸੋਹਣਿਆ ਮੈਂ ਇਹਦੇ ਵਾਸਤੇ ਦੁਆਵਾਂ ਕਰਦਾ ਰਿਹਾ, ਸੋਹਣਿਆ ਜੀ ਇਹਨੇ ਮੈਨੂੰ ਕਹਿਣਾ ਪਹਾੜ ਤੇ ਜਾਣਾ, ਮੈਂ ਇਹਨੂੰ ਲੈ ਕੇ ਗਰਮੀ ਵਿੱਚ ਪਹਾੜਾਂ ਤੇ ਚੜਦਾ ਰਿਹਾ ਵਾ। ਸੋਹਣਿਆ ਨੇ ਕਹਿਣਾ ਅੱਬੂ ਮੈਂ ਉਹ ਚੀਜ਼ ਲੈਣੀ ਹੈ, ਮੈਂ ਇਹਦੇ ਵਾਸਤੇ ਉਹ ਚੀਜ਼ ਲੈਂਦਾ ਰਿਹਾ। ਸੋਹਣਿਆ ਇਹਨੇ ਬਿਮਾਰ ਹੋਣਾ, ਮੈਂ ਰੋ ਰੋ ਕੇ ਮੰਨਤਾਂ ਮੰਗਣ
ਬਣੀਆਂ। ਮੈਂ ਕਹਿਣਾ ਯਾ ਅੱਲਾ ਮੇਰੀ ਜ਼ਿੰਦਗੀ ਮੇਰੇ ਬੱਚੜੇ ਨੂੰ ਲੱਗ ਜਾਵੇ, ਅੱਲਾ ਮੇਰਾ ਬੱਚਾ ਠੀਕ ਹੋ ਜਾਵੇ, ਸੋਹਣਿਆ ਮੈਨੂੰ ਮਾਫ ਨਹੀਂ ਕਰਨਾ। ਅੱਜ ਰਾਤ ਅੱਲਾ ਦੇ ਨਬੀ ਰੋਈ ਜਾ ਰਹੇ ਨੇ, ਪੁੱਤਰ ਵੀ ਰੋਈ ਜਾ ਰਿਹਾ, ਬਾਪ ਵੀ ਰੋਈ ਜਾ ਰਿਹਾ। ਅੱਲਾ ਦੇ ਨਬੀ ਫਰਮਾਉਂਦੇ ਨੇ, ਚੱਲ ਬਾਬਾ ਕੋਈ ਗੱਲ ਨਹੀਂ, ਮਾਂ ਤੇ ਮਾਂ ਹੀ ਹੁੰਦੀ ਹੈ ਨਾ, ਬਾਪ ਤੇ ਬਾਪ ਹੀ ਹੁੰਦਾ ਨਾ, ਕੋਈ ਗੱਲ ਨਹੀਂ ਬਾਬਾ ਮਾਫ ਕਰ ਰਹੇ। ਲੋਕੋ ਜਦੋਂ ਬਾਬੇ ਨੇ ਇੰਨੀ ਗੱਲ ਸੁਣੀ, ਫਿਰ ਵੀ ਬਾਪ ਤੇ ਬਾਪ ਹੀ ਹੁੰਦਾ। ਪੁੱਤਰ ਭਾਵੇਂ ਜ਼ਮਾਨੇ ਦਾ ਚੋਰ ਹੋਵੇ, ਪੁੱਤਰ ਭਾਵੇਂ ਜ਼ਮਾਨੇ ਦਾ ਡਕੈਤ ਹੋਵੇ, ਅੱਲਾ ਦੀ ਕਸਮ ਹੈ 5 ਸਾਲਾਂ ਬਾਅਦ ਵੀ ਘਰ ਆਵੇ, ਬਾਪ ਫਿਰ ਵੀ ਆਉਂਦਾ, ਕੋਈ ਗੱਲ ਨਹੀਂ ਮੇਰਾ ਬੱਚੜਾ ਆ ਗਿਆ। ਮਾਂ ਫਿਰ ਵੀ ਆਉਂਦੀ ਹੈ, ਕੁਝ ਨਾ ਆਖਿਓ, ਕੋਈ ਗੱਲ ਨਹੀਂ ਮੇਰਾ ਬੱਚੜਾ ਆ ਗਿਆ। ਇੰਜ ਕਰਕੇ ਬੁੱਢੇ ਬਾਬੇ ਨੇ ਕੰਬਦੇ ਕੰਬਦੇ ਥੜਲ ਬਾਜ਼ੂ ਖੋਲੇ, ਆਂਦਾ ਬਾਬਾ ਮੈਨੂੰ ਮਾਫ ਕਰ ਦੇ। ਬਾਪ ਨੇ ਸੋਟੀ ਸੁੱਟੀ, ਆਂਦਾ ਪੁੱਤਰਾ ਮੇਰੇ ਸੀਨੇ ਲੱਗ ਜਾ। ਬਾਪ ਨੇ ਪੁੱਤਰ ਨੂੰ ਸੀਨੇ ਲਾਇਆ, ਪੁੱਤਰ ਨੇ ਬਾਪ ਨੂੰ ਸੀਨੇ ਲਾਇਆ, ਅੱਲਾ ਦੇ ਨਬੀ ਰੋਈ ਜਾ ਰਹੇ ਨੇ। ਆ ਤੋਹਫ਼ੇ ਗੈਬੀ ਚੋਂ ਆਵਾਜ਼ ਆ ਗਈ, ਆਵਾਜ਼ ਕੀ ਆਉਂਦੀ ਹੈ, ਸੁਲੇਮਾਨ ਇਹਨੂੰ ਕਹਿ ਦੇ ਜੇ ਤੇਰਾ ਬਾਪ ਰਾਜ਼ੀ ਏ ਫਿਰ ਅਰਸ਼ਾਂ ਵਾਲਾ ਖੁਦਾ ਵੀ ਰਾਜ਼ੀ ਏ, ਤੇਰਾ ਬਾਪ ਰਾਜ਼ੀ ਹੈ, ਅਰਸ਼ਾਂ ਵਾਲਾ ਖੁਦਾ ਵੀ ਰਾਜ਼ੀ ਹੈ। ਅਜਰਾ ਜਦੋਂ ਪੁੱਤਰ ਨੇ ਬਾਪ ਨੂੰ ਮਾਫ ਕਰ ਦਿੱਤਾ, ਆਖਰੀ ਜੁਮਲੇ ਕਹਿ ਰਿਹਾ, ਜਦੋਂ ਬਾਪ ਨੇ ਪੁੱਤਰ ਨੂੰ ਮਾਫ ਕਰ ਦਿੱਤਾ ਤੇ ਪੁੱਤਰ ਤੇ ਪਿਓ ਕਦਮਾਂ 'ਚ ਡਿੱਗ ਪਏ ਤੇ ਪੁੱਤਰ ਕਹਿਣ ਲੱਗਾ, ਸੋਹਣਿਆ ਮੈਂ ਆਪਣੇ ਪੁੱਤਰ ਨੂੰ ਚੰਡ ਮਾਂ ਆਪਣੇ ਬਾਪ ਨੂੰ ਚੰਡ ਮਾਰੀ ਸੀ, ਮੇਰੇ ਬਾਪ ਦੀ ਅੱਖ ਜ਼ਾਇਆ ਹੋ ਗਈ, ਸੋਹਣਿਆ ਮੇਰਾ ਹੱਥ ਜ਼ਾਇਆ ਹੋ ਗਿਆ। ਸੋਹਣਿਆ ਤੁਸੀਂ ਨਬੀ ਹੋ, ਦੁਆ ਕਰੋ ਅੱਲਾ ਮੇਰੇ ਬਾਪ ਨੂੰ ਅੱਖ ਦੇ ਦੇ, ਮੈਨੂੰ ਹੱਥ ਦੇ ਦੇ। ਅੱਲਾ ਦੇ ਨਬੀ ਨੇ ਫਰਮਾਇਆ, ਜਾ ਬਾਬਾ ਆਪਣੀ ਅੱਖ ਲੈ ਕੇ ਆ ਜਾ। ਉਹਨੂੰ ਆਖਿਆ, ਜਾ ਜਿੱਥੇ ਹੱਥ ਰੱਖਿਆ ਸੀ ਆਪਣਾ ਹੱਥ ਲੈ ਕੇ ਆ ਜਾ। ਹੁਣ ਲੋਕੋ ਬਾਪ ਆਪਣੀ ਅੱਖ ਲੈ ਕੇ ਆ ਗਿਆ, ਪੁੱਤਰ ਆਪਣਾ ਹੱਥ ਲੈ ਕੇ ਆ ਗਿਆ। ਅੱਲਾ ਦੇ ਨਬੀ ਨੇ ਬੁੱਢੇ ਬਾਬੇ ਦੀ ਅੱਖ ਤੇ ਇੰਜ ਕਰਕੇ ਅੱਖ ਰੱਖੀ, ਪੁੱਤਰ ਦਾ ਹੱਥ ਜੋੜਿਆ, ਅੱਲਾ ਦੀ ਬਾਰਗਾਹ 'ਚ ਦੁਆ ਕੀਤੀ, ਰੱਬੇ ਕਾਬਾ ਦੀ ਕਸਮ ਏ ਹਲੇ ਦੁਆ ਮੁਕੰਮਲ ਨਹੀਂ ਹੋਈ। ਅੱਲਾ ਨੇ ਪਿਓ ਨੂੰ ਅੱਖ ਦੇ ਦਿੱਤੀ, ਪੁੱਤਰ ਨੂੰ ਹੱਥ ਦੇ ਦਿੱਤਾ। ਬਸ ਆਖਰੀ ਮੈਸੇਜ ਹੈ, ਖੁਦਾ ਰਾ ਆਪਣੀ ਮਾਂ ਦੀ ਕਦਰ ਕਰੋ, ਆਪਣੇ ਬਾਪ ਦੀ ਕਦਰ ਕਰੋ, ਜਿਨ੍ਹਾਂ ਦੀ ਮਾਂ ਹੈ ਜਿਨ੍ਹਾਂ ਦਾ ਪਿਓ ਹੈ ਜੇ, ਅੱਜ ਕਦਰ ਕਰ ਲਓ, ਨਹੀਂ ਤਾਂ ਅੱਖਾਂ ਬੰਦ ਹੋ ਗਈਆਂ ਅਤੇ ਫਿਰ ਰੋਵੋਗੇ। ਇਹ ਉਹਨੂੰ ਪੁੱਛੋ ਜਿਹਨੇ ਆਪਣੇ ਪਿਓ ਦੀ ਮੰਜੀ ਜਿਹੜੀ ਹੈ ਕੰਧਿਆਂ 'ਤੇ ਚੁੱਕ ਕੇ ਕਬਰਸਤਾਨ ਛੱਡ ਕੇ ਆਇਆ, ਉਸ ਨੂੰ ਪੁੱਛੋ ਜਿਹੜਾ ਆਪਣੇ ਪਿਓ ਦੀ ਮੰਜੀ ਨੂੰ ਛੱਡ ਕੇ ਆਇਆ। ਹੁਣ ਬਾਪ ਸਾਰੀ ਜ਼ਿੰਦਗੀ ਨਹੀਂ ਲੱਭਣਾ, ਉਹ ਪਿਆਰ ਨਹੀਂ ਜੇ ਲੱਭਣਾ। ਅੱਲਾ ਰੱਬੁਲ ਇੱਜ਼ਤ ਦੀ ਬਾਰਗਾਹ ਦੇ ਅੰਦਰ ਦੁਆਏ, ਅੱਲਾ ਸਾਨੂੰ ਸਾਰਿਆਂ ਨੂੰ ਆਪਣੇ ਵਾਲਦਿਆਂ ਦੀ ਕਦਰ ਤੋਫੀਕ ਅਤਾ ਫਰਮਾਏ। ਯਾਰ ਜ਼ਿੰਦਾ ਸੋਬਤ ਬਾਕੀ, ਜ਼ਿੰਦਾ ਰਹੋ ਤੋ ਐਸੇ ਕਿ ਦੁਨੀਆ ਇਹਤਰਾਮ ਕਰੇ, ਮਰੋ ਤੋ ਐਸੇ ਕਿ ਦੁਸ਼ਮਣ ਵੀ ਸਲਾਮ ਕਰੇ। ਵਮਾ ਲਈ ਨਾ।